ਸਾਤਰੀਏ ਕਾ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲਗੇ ਸਿਆਸੀ ਮਾਹਰ ਪ੍ਰੋਫੈਸਰ ਮਜੀਤ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਚੋਣਾਂ ਦੇ ਸਿਲਸਿਲੇ ਦੇ ਵਿੱਚ ਪੰਜਾਬ ਦੇ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ ਕਿ ਲੋਕਾਂ ਦਾ ਧਿਆਨ ਕਿਹੜੇ ਪਾਸੇ ਵੱਲ ਲਾਇਆ ਜਾ ਰਿਹਾ ਹੈ ਤੇ ਪੈਸਾ ਕਿੱਥੋਂ ਬਣਾਇਆ ਜਾ ਰਿਹਾ ਹੈ ਮਾਫੀ ਦੀ ਗੱਲ ਚੱਲ ਰਹੀ ਹੈ ਐਮਐਲਏ ਜਿਹੜੇ ਗਿਆਸਪੁਰਾ ਨੇ ਉਹਨਾਂ ਦੇ ਉੱਤੇ ਸਵਾਲ ਉੱਠੇ ਇੱਕ ਚਿੱਠੀ ਵਾਇਰਲ ਹੋਈ ਮੀਡੀਆ ਦੇ ਵਿੱਚ ਨਸ਼ਰ ਹੋਈ ਮਾਫੀਆ ਜਿਹੜਾ ਮਤਲਬ ਕਿ ਕਿਸੇ ਵੀ ਟੰਗ ਦਾ ਤੇ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਹਾਲਾਂਕਿ ਉਹ ਜਿਹੜੀ ਮਿੱਟੀ ਦੀ ਮਾਈਨਿੰਗ ਵਗੈਰਾ ਹੁੰਦੀ ਹੈ ਉਹਨੂੰ ਲੈ ਕੇ ਟਿਪਰਾ ਵਾਲਿਆਂ ਨੇ ਚਿੱਠੀ ਲਿਖ ਕੇ ਸ਼ਿਕਾਇਤ ਦਿੱਤੀ ਹੈ ਗਿਆਸਪੁਰਾ ਸਾਹਿਬ ਇੱਕ ਤੋਂ ਇਨਕਾਰ ਕਰ ਰਹੇ ਨੇ ਉਹ ਕਹਿੰਦੇ ਕਿ ਮੈਨੂੰ ਵਾਹੇ ਚੜ੍ਹ ਦਿਓ ਮੇਰੇ ਤੇ ਇੱਕ ਵਾਰੀ ਇਲਜ਼ਾਮ ਸਾਬਤ ਕਰਕੇ ਦਿਖਾਓ ਪਰ ਜੇ ਜ਼ਮੀਨੀ ਹਕੀਕਤ ਜਾਣੀਏ ਤਾਂ ਕੱਲਾ ਇਹ ਨਹੀਂ ਹੋਰ ਬਹੁਤ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਇਸੇ ਢੰਗ ਨਾਲ ਹਿਸਾਪੱਤੀ ਜਾਂ ਐਮਐਲਏ ਦਾ ਕਰੋੜਾਪਤੀ ਬੰਨਾ ਜਾਂ ਉਹ ਸਾਰਾ ਕੁਝ ਜਿਹੜਾ ਸਿੱਧੇ ਸਿੱਧੇ ਢੰਗ ਦੇ ਨਾਲ ਨਜ਼ਰ ਵੀ ਆਉਂਦਾ ਪਰ ਉਹਦੇ ਉੱਤੇ ਚੁੱਪੀ ਧਰਨੀ ਹੈ ਇੱਕ ਕਹਿੰਦੇ ਕਿ ਨੈਕਸਸ ਅਕਬਰ ਸਾਹਿਬ ਕਿ ਉਹ ਪਿਛਲੀਆਂ ਕੀ ਅਗਲੀਆਂ ਸਰਕਾਰਾਂ ਤੱਕ ਕਿ ਅੱਗੇ ਤੇ ਅੱਗੇ ਚੱਲਦਾ ਰਹਿੰਦਾ ਉਹ ਹਿਸਾਪੱਤੀ ਇੱਧਰ ਜਾਣ ਦੀ ਤਾਂ ਉਧਰ ਨੂੰ ਹੋ ਜਾਂਦੀ ਹੈ ਜਿਹੜੇ ਸੱਤਾ ਦੇ ਵਿੱਚ ਆ ਜਾਂਦੇ ਹੈ ਮਤਲਬ ਕਿ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਦਿਖਾਏ ਜਿਹੜੇ ਪੰਜਾਬ ਨੂੰ ਬਦਲਾਅ ਵਾਲੇ ਪਾਸੇ ਤੋਰਨ ਦੀ ਗੱਲ ਕੀਤੀ ਗਈ ਉੱਥੇ ਇਕੱਲਾ ਇਹ ਨਹੀਂ ਹੋਰ ਬਹੁਤ ਕੁਝ ਇਹੋ ਜਿਹਾ ਜਿਵੇਂ ਬੀਬੀਆਂ ਸਰਕਾਰਾਂ ਤੇ ਨੇ ਮਲਾਜ਼ਮ ਸਰਕਾਰਾਂ ਤੇ ਨੇ ਹਰ ਕੋਈ ਆਪ ਕੋ ਆਪਣੇ ਦੁਖੜੇ ਰੋ ਰਿਹਾ ਪਰ ਮੁੱਖ ਮੰਤਰੀ ਸਾਹਿਬ ਤੇਰਾ ਜ਼ੀਰੋ ਪੰਜਾਬ ਹੀਰੋ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੂੰ ਦੇਸ਼ ਦੇ ਨਕਸ਼ੇ ਤੇ ਇਸ ਕਿਸਮ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੇਜਰੀਵਾਲ ਸਾਹਿਬ ਨੂੰ ਅੱਗੇ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਤਾਂ ਸੁਨਾਮੀ ਇਹਨਾਂ ਦੀ ਆਊਗੀ ਹੁਣ ਇਹਨਾਂ ਹਾਲਾਤਾਂ ਨੂੰ ਪ੍ਰੋਫੈਸਰ ਕਿਵੇਂ ਸਮਝੀਏ ਕਿ ਪੰਜਾਬ ਤਰਾ ਤਰਾ ਕਰ ਰਿਹਾ ਦੇਖੋ ਪਟਿਆਲੇ ਜਿੱਤੇ ਆ ਗਈ ਹੈ ਕਿਉਂਕਿ ਡਾਕਟਰ ਬਲਬੀਰ ਸਿੰਘ ਨੇ ਕਹਿ ਤਾ ਕਿ ਸੁਨਾਮੀ ਆਊਗੀ ਸੁਨਾਮੀ ਹੁਣ ਜੇ ਇਹ ਅਜੇ ਸੁਨਾਮੀ ਆਉਣੀ ਆ ਤੇ ਫਿਰ ਪਿਛਲੀ ਵਾਰੀ ਕੀ ਸੀਗਾ 2022 ਦੇ ਵਿੱਚ ਮੈਨੂੰ ਤੇ ਉਹੀ ਸੁਨਾਮੀ ਲੱਗਦੀ ਆ ਕੋਈ ਬਹੁਤਾ ਖਰਚਾ ਨਹੀਂ ਕੀਤਾ ਲੋਕਾਂ ਨੇ ਵੋਟਾਂ ਇੰਜ ਪਈਆਂ ਜਿਵੇਂ ਚੋਰ ਨੂੰ ਮਾਰ ਪੈਂਦੀਆਂ ਮੁਕੀਆਂ ਪੈਂਦੀਆਂ ਟੜਾ ਟਾੜ ਟੜਾ ਟਾੜ ਬਿਨਾ ਪੁੱਛਿਆ ਔਰ ਜਿਨ੍ਹਾਂ ਨੇ ਕਦੀ ਜਿਨ੍ਹਾਂ ਦਾ ਨਾਂ ਵੀ ਨਹੀਂ ਸੀ ਸੁਣਨਾ ਕਬੂਤਿਆਂ ਦਾ ਤੇ ਇਹ ਵੀ ਨਹੀਂ ਪਤਾ ਹੁਣ ਲੋਕਾਂ ਨੂੰ ਕਿ ਉਹ ਐਮਐਲਏ ਹੈਗੇ ਆ ਉਹ ਵੀ ਐਮਐਲਏ ਬਣ ਗਏ ਉਹਨਾਂ ਦੀ ਚੰਗੀ ਕਿਸਮਤ ਆ ਬਣਨਾ ਚਾਹੀਦਾ ਮਾਨ ਵਾਲੀ ਗੱਲ ਆ ਲੋਕਾਂ ਦੇ ਵੋਟਾਂ ਪਾਈਆਂ ਤੇ ਉਹ ਬਣੇ ਪਰ ਉਹ ਤੋਂ ਬਾਅਦ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਸੀ ਉਹ ਵੀ ਤੇ ਉੰਨੀ ਹੀ ਆਕਾਸ਼ ਨੂੰ ਸੁੰਧੀਆਂ ਉਹਦੇ ਕਰਕੇ ਦਿੱਕਤਾਂ ਤੇ ਬਹੁਤ ਹੈਗੀਆਂ ਇਹ ਤੁਸੀਂ ਕੱਲਾ ਇਹ ਹੀ ਨਾ ਕਰੋ ਨਸ਼ੇ ਦਾ ਵੀ ਉਹੀ ਆ ਲਿਆ ਤੜਾ ਧੜ ਵੇਚ ਰਿਹਾ ਕੋਈ ਉਹਦੀ ਗੱਲ ਨਹੀਂ ਕਰਦਾ ਹੋਰ ਹੀ ਕਿਸਮ ਦਾ ਕਹਦੇ ਉਹਦੇ ਗੱਲ 'ਚ ਪੱਲਾ ਪਾ ਕੇ ਆ ਆ ਗਿਆ ਸਾਡੇ ਨਾਲ ਫਿਰ ਇੱਕ ਪਰਮ ਬਾਜਾ ਫਲਾਉਣ ਦੀ ਗੱਲ ਆ ਕਿ ਸਾਡੀ ਦੁਕਾਨ ਸਭ ਤੋਂ ਉੱਚੀ ਤੇ ਸੁੱਚੀ ਤੇ ਸਭ ਤੋਂ ਤੇਜ ਮਾਲ ਜਿਹੜਾ ਵੇਚਣ ਵਾਲੀ ਹੈਗੀ ਆ ਜਿਹੜੀ ਸਾਡੀ ਪਾਰਟੀ ਚਾਰੂ ਵਾਲੀ ਪਾਰਟੀ ਇਹਦੇ 'ਚ ਤੁਸੀਂ ਆਓ ਅਸੀਂ ਸਾਰਿਆਂ ਨੂੰ ਉਸੇ ਤਰੀਕੇ ਨਾਲ ਵੱਡੇ ਵੱਡੇ ਉਹਦਿਆਂ ਤੇ ਪਚਾ ਦੇਾਂਗੇ ਜਿੱਥੇ ਜਿਸ ਤਰੀਕੇ ਨਾਲ ਅਸੀਂ ਆ ਬਾਕੀ 92 ਵੀਰਾਂ ਨੂੰ ਪਚਾਇਆ ਹੈਗਾ ਵੀਰਾਂ ਬੀਬੀਆਂ ਭੈਣਾਂ ਸਾਰਿਆਂ ਨੂੰ ਪਚਾਇਆ ਉਹ ਬਲਬੀਰ ਸਿੰਘ ਹੁਣੀ ਵੀ ਇਹੋ ਹੀ ਡੰਕੇ ਤੇ ਚੋਟ ਮਾਰ ਕੇ ਕਹਿ ਰਿਹਾ ਨੇ ਸੁਨਾਮੀ ਆਈ ਸੁਨਾਮੀ ਆਈ ਸਾਰੀਆਂ ਜਿੱਤਾ ਜਿੱਤਾਂ ਹਰ ਕੋਈ ਕਹਿੰਦਾ ਸਾਰੀਆਂ ਜਿੱਤਾ ਤੰਗ ਪਤਾ ਨਹੀਂ ਪਤਾ ਨਹੀਂ 50 60 ਪਾਰਲੀਮੈਂਟ ਹਲਕੇ ਹੋ ਗਏ ਆ ਪੰਜਾਬ ਤੇ ਇਹ ਪਹਿਲਾਂ ਤੇ 13 ਹੀ ਸੀਗੇ ਕਿ ਹੁਣ ਜਿਹੜਾ ਹਰ ਕੋਈ ਕਹਿੰਦਾ 13 13 ਜਿੱਤਣੀਆਂ ਆ ਭਗਵੰਤ ਮਾਨ ਵੀ ਕਹਿੰਦਾ 13 ਹੁਣ ਇੱਕ ਬੀਜੇਪੀ ਦਾ ਬਲਾਰਾ ਸੀਗਾ ਦੂਜੇ ਚੈਨਲ ਤੇ ਉਹ ਖੰਦਾਸੀ 13 ਜਿੱਤਰੇ ਮੈਂ ਖਭੇ ਜੇ ਤੁਸੀਂ ਜਿੱਤਰੇ ਫਿਰ ਤੇ ਹਰ ਕੋਈ 13 13 ਜਿੱਤਰਾ ਫਿਰ ਤੇ 13 ਹੀ 13 ਹੋ ਚੁੱਕੀ ਹੈ ਇਹ ਮੁਸ਼ਕਲ ਹੈਗੀ ਰਾਜਨੀਤਿਕ ਲੋਕਾਂ ਦੀ ਪਰ ਤਰਾਤਲ ਦੇ ਉੱਤੇ ਇਹ ਤਰਾਤਰਾ ਹੀ ਜ਼ਰੂਰ ਹੈ ਮੈਂ ਕੁਝ ਫੋਨ ਵਗੈਰਾ ਇਧਰੋਂ ਕਦੀ ਕਦੀ ਕਰਦੇ ਰਹਿੰਦੇ ਆ ਪੁੱਛਣ ਲਈ ਕਿ ਲੈਕਚਰਾਂ ਦਾ ਕੀ ਹਾਲ ਹੈ ਤੇ ਇੱਕ ਆਵਾਜ਼ ਇਹੋ ਜਿਹੀ ਆਈ ਬੜੀ ਜ਼ਿੰਮੇਵਾਰ ਬੰਦੇ ਵੱਲੋਂ ਕਿ ਇਹਨਾਂ ਦੇ ਐਮਐਲਏ ਜਾਨੀ ਆਮ ਆਦਮੀ ਪਾਰਟੀ ਦੇ ਬਹੁਤੇ ਉਹਨਾਂ ਚੋ ਇਹ ਸਪਾਸੇ ਨੂੰ ਲਾਗੇ ਜਿੱਦਨੂੰ ਨਹੀਂ ਸੀ ਲੱਗਣਾ ਚਾਹੀਦਾ ਜਿਹੜੀ ਲਿਸਟ ਵਿੱਚ ਗਿਆਸਪੁਰੇ ਦਾ ਵੀ ਨਾਂ ਆ ਗਿਆ ਹੁਣ ਗਿਆਸਪੁਰੇ ਨੂੰ ਸੁਣੋ ਤੇ ਬੜਾ ਸੱਚਾ ਸੁੱਚਾ ਲੱਗਦਾ ਆਦਰ ਨਾਦਰ ਰੱਬ ਦੀਆਂ ਸੋਮਾ ਹੋਰ ਗੱਲਾਂ ਸਾਰੀਆਂ ਕਰ ਲੈਂਦੇ ਆ ਤੇ ਮੈਂ ਗੋਲੀ ਮਾਰ ਲੂੰਗਾ ਜੇ ਕੋਈ ਉਹ ਜੀ ਕਰ ਕਾਨੂੰ ਮਾਰਨੀ ਆ ਆਪਣੇ ਆਪ ਨੂੰ ਬਚਾ ਕੇ ਰੱਖੋ ਰੱਬ ਨੇ ਜੀਵਨ ਦਿੱਤਾ ਏ ਤੇ ਰੱਬ ਦੀ ਦਾਤ ਏ ਤੁਸੀਂ ਕਾਨੂੰ ਇਸ ਤਰ੍ਹਾਂ ਕਰਨਾ ਇੰਜ ਨਹੀਂ ਕਰਨਾ ਹੈ ਪਰ ਜਿਹੜੀ ਗੱਲ ਆ ਉਹਦਾ ਜਵਾਬ ਤੁਸੀਂ ਠੋਕੇ ਦਿਓ ਕਹਿੰਦੇ ਮੈਂ ਮਾਨ ਨੰਦੀ ਦਾ ਕਰੂੰ ਜ਼ਰੂਰ ਕਰਨਾ ਚਾਹੀਦਾ ਮਾਨ ਨੰਦੀ ਇਹਨੇ ਗਲਤ ਵੀਡੀਓ ਚਲਾਈ ਗਲਤ ਦੋਸ਼ ਲਾਇਆ ਇਹ ਤੇ ਹੁਣ ਆਪੇ ਉਹ ਪ੍ਰੂਵ ਕਰਨਗੇ ਕਿ ਕਿੱਦਾਂ ਆ ਪਰ ਹੁਣ ਇਹ ਗੱਲਾਂ ਬਹੁਤ ਛੋਟੀਆਂ ਆ ਬਲੁਕੀ ਇਹ ਵੇਖਦੇ ਕਿ ਸਰਕਾਰੀ ਖਜ਼ਾਨੇ 'ਚ 20000 ਕਰੋੜ ਰੁਪਏ ਆਇਆ ਜਿਹੜਾ ਤੇਜਦੀਵਲ ਕਹਿੰਦਾ ਨਹੀਂ ਆਇਆ ਫਿਰ ਉਹ ਰੇਤਾ ਬਜਰੀ ਮਾਈਨਿੰਗ ਦਾ ਪੈਸਾ ਕਿੱਥੇ ਜਾ ਰਿਹਾ ਸਰਕਾਰੀ ਖਜ਼ਾਨੇ 'ਚ ਤੇ ਆ ਨਹੀਂ ਰਿਹਾ ਨਹੀਂ ਆਊਗਾ ਤੇ ਫਿਰ ਲੋਕਾਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ ਹੋਰ ਭਰਤੀਆਂ ਕਿਵੇਂ ਹੋਣੀਆਂ ਹੋਰ ਕੰਮ-ਕਾਰੋਬਾਰ ਕਿਵੇਂ ਚੱਲਣੇ ਸ਼ਰਾਬ ਦਾ ਪੈਸਾ ਥੋੜ੍ਹਾ ਜਿਹਾ ਜ਼ਰੂਰ ਅੱਗੇ ਨੂੰ ਵਧ ਆਇਆ ਪਰ ਉਹ ਆਪਣੇ ਆਪ 'ਚ ਇੱਕ ਖਤਰੇ ਦੀ ਕੈਂਟੀ ਆ ਉਹ ਜਿਹੜਾ ਵਾਧੂ ਹੈ ਉਹ ਕਿੱਦਣ ਨੂੰ ਜਾਊਗਾ ਕਿੰਨੂ ਕਿੰਨੂ ਕਿੱਦਣ ਨੂੰ ਲੈ ਜਾਊਗਾ ਇਹ ਜਿੱਦਣ ਵੇਲੇ ਹੋ ਗਏ ਸੈਂਟਰ ਵਾਲੇ ਉਹਨਾਂ ਨੇ ਉਸ ਉਦੋਂ ਇਹ ਫੈਸਲਾ ਕਰਨਾ ਜੇ ਨਾਲ ਰਲ ਕੇ ਚੱਲਣਗੇ ਪੰਜਾਬ ਵਾਲੇ ਫਿਰ ਕੁਝ ਨਹੀਂ ਕਹਿਣਗੇ ਜੇ ਕਹਿਣਗੇ ਕਿ ਨਹੀਂ ਅਸੀਂ ਦਨ ਉਹਨਾਂ ਵੱਖਾਂ ਦਿਖਾਉਣਗੇ ਫਿਰ ਕਰਨ ਕੇ ਚੰਗਾ ਫਿਰ ਅਸੀਂ ਤੁਹਾਡੇ ਵੀ ਸ਼ੁਰੂ ਕਰਦੇ ਆਂ ਕੇਜਰੀ ਵਾਰਲਡ ਤੇ ਅਸੀਂ ਅੰਦਰ ਕੀਤਾ ਪਾਲਸੀ ਤੇ ਕੋਈ ਹੈ ਤੇ ਲੋਕਾਂ ਨੇ ਉਸ ਗੱਲ ਦਾ ਇੱਕ ਕਿਸਮ ਦਾ ਪਰ ਵਿਸ਼ਵਾਸ ਵੀ ਕਰਨ ਲੱਗ ਜਾਣਾ ਸਭ ਤੋਂ ਵੱਡੀ ਗੱਲ ਬਾਕੀ ਤੇ ਤੁਸੀਂ ਛੱਡੋ ਕਿ ਰੈਵਨਿਊ ਆਇਆ ਨਹੀਂ ਆਇਆ ਇਮਾਨਦਾਰ ਸਰਕਾਰ ਆ ਜਾਂ ਗੈਰ ਇਮਾਨਦਾਰ ਆ ਐਮ ਐਲ ਏ ਪਈਲੇ ਸਰਕਾਰਾਂ ਵਾਂਗੂ ਉਸੇ ਹੀ ਕਾਰੋਬਾਰ ਤੇ ਲੱਗ ਗਏ ਆ ਜਿਸ ਤਰੀਕੇ ਨਾਲ ਜਿਹਦਾ ਜਿੱਥੇ ਦੋ ਵੀ ਮੌਕਾ ਲੱਗਦਾ ਉਹ ਨੂੰ ਅਜਾਈ ਨਹੀਂ ਜਾਣਦੇ ਰਿਹਾ ਪੂਰੀ ਮਿਹਨਤ ਕਰ ਰਹੇ ਆ ਆਪੋ ਆਪਣੇ ਇਹ ਜਿਹੜੇ ਆਪਣੇ ਆਪ ਨੂੰ ਪਰਿਵਾਰਾਂ ਨੂੰ ਸਸ਼ਕਤ ਕਰਨ ਦੇ ਹ ਜਿਹੜੇ ਆਪਣੇ ਕੀ ਕੀ ਕਿਹਾ ਨਾ ਕਿ ਆਪਣੇ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਨਿਹਾਲ ਕਰਨ ਦੇ ਪੂਰੀਆਂ ਕੋਸ਼ਿਸ਼ਾਂ ਲਗੀਆਂ ਆ ਇਹ ਜਣੀ ਜਨਰਲ ਥੱਲੇੋਂ ਆਵਾਜ਼ ਆ ਰਹੀ ਜਿਹੜੀ ਤੁਸੀਂ ਗੱਲ ਕਹੀ ਹੈ ਉਹ ਬੀਬੀਆਂ ਦੀ ਜਿਹੜੀ ਵੀਡੀਓ ਮੈਨੂੰ ਭੇਜੀ ਵੀ ਮੈਨੂੰ ਤੇ ਬਹੁਤ ਦੁੱਖ ਲੱਗਾ ਜਿਹੜੀਆਂ ਇਹ ਇਹ ਛੋਟੇ ਛੋਟੇ ਹੈਲਪਰ ਜਾਂ ਜਿਨ੍ਹਾਂ ਨੂੰ ਨਰਸਿਸ ਕਹਿੰਦੇ ਆ ਇਹਨਾਂ ਨੂੰ ਕਹਿੰਦੇ ਆ ਉਹ ਉੱਥੇ ਲੱਗੀਆਂ ਹੋਈਆਂ ਮੈਨੂੰ ਐਗਜ਼ੈਕਟ ਪੋਸਟਾਂ ਦਾ ਨਹੀਂ ਪਤਾ ਲੱਗਾ ਪਰ ਹੈ ਕੰਟਰੈਕਟ ਦੇ ਉੱਤੇ ਪੱਕੀਆਂ ਪੋਸਟਾਂ ਨਹੀਂ ਹੈਗੀਆਂ ਕਿੱਥੇ ਲੱਗੀਆਂ ਹਨ ਮਹੱਲਾ ਕਲੀਨਿਕਾਂ 'ਚ ਉਹ ਪਹਿਲਾਂ ਸਰਕਾਰ ਦੇ ਨਾਲ ਹੀ ਕੰਮ ਕਰਦੀਆਂ ਸੀਗੀਆਂ ਅ ਕੀ ਜਿਹੜਾ ਸਰਕਾਰ ਦੀ ਕਿਹੜੀ ਪਾਲਿਸੀ ਹੈ ਜਿਹੜੀਆਂ ਪਹਿਲੀਆਂ ਹੈਲਥ ਸਰਵਿਸਿਜ਼ ਦੀ ਮਹੱਲਾ ਕਲੀਨਿਕ ਨਹੀਂ ਮਹੱਲਾ ਕਲੀਨਿਕ ਤੇ ਇਹਨਾਂ ਨੇ ਬਣਾਇਆ ਉਦੋਂ ਪਹਿਲਾਂ ਆ ਜਿਹੜੀਆਂ ਔਰਤਾਂ ਦੀ ਪ੍ਰੈਗਨਨਸੀ ਨੂੰ ਥੋੜਾ ਜਿਹਾ ਸੁਪਰਵਾਈਜ਼ ਕਰਦੀਆਂ ਤੁੰਡੋ ਆਸ਼ਾ ਵਰਕਰ ਸਰ ਆਸ਼ਾ ਵਰਕਰ ਆਸ਼ਾ ਬਿਲਕੁਲ ਠੀਕ ਹੈ ਉਹ ਆਸ਼ਾ ਵਰਕਰ ਜਿਹੜੀਆਂ ਹੈਗੀਆਂ ਇਸ ਇੰਟਰ ਦੀ ਸਕੀਮ ਰੈਂਦੀ ਹੈ ਉਹਦੇ ਚ ਉਹਨਾਂ ਨੂੰ ਆਪਣੇ ਘਰਾਂ ਦੇ ਨੇੜੇ ਕੰਮ ਮਿਲਿਆ ਸੀ ਕੁਝ ਥੋੜਾ ਪੈਸਾ ਘੱਟ ਮਿਲਦਾ ਹੋਊਗਾ ਪਰ ਉਹ ਆਪਣੇ ਪਰਿਵਾਰਾਂ ਚ ਬੈਠੀਆਂ ਦੀ ਪਾਈ ਮੈਂ ਤੇ ਸੁਣ ਕੇ ਹੈਰਾਨ ਰਹਿ ਗਿਆ ਜਿੰਨੇ ਵੀ ਉਹ ਜਿਹੜਾ ਵੀ ਵੀਡੀਓ ਦੇਖੂਗਾ ਇਹ ਜੁਲਮ ਹੈ ਕਿ टॉर्चर ਹੈ ਬਹੁਤ ਵੱਡਾ ਜੁਲਮ ਹੈ ਔਰਤਾਂ ਦੇ ਨਾਲ ਯੰਗ ਔਰਤਾਂ ਕਿਸੇ ਦਾ ਛੋਟਾ ਬੱਚਾ ਕਿਸੇ ਦਾ ਕੋਈ ਪਰਿਵਾਰ ਕਿੱਥੇ ਕਿੱਥੇ ਪੋਸਟ ਆਇਆ ਬਠਿੰਡੇ ਵਾਲੀ ਚੱਲੀ ਆ ਪਠਾਨਕੋਟ ਪਠਾਨਕੋਟ ਵਾਲੀ ਗਈ ਹੋਈ ਆ ਫਰੂਜਪੁਰ ਫਰੂਜਪੁਰ ਵਾਲੀ ਆ ਲੁਧਿਆਣਾ ਲੁਧਿਆਣੇ ਵਾਲੀ ਆ ਮੁਕਸਰ ਉਹ ਰੱਬ ਕਰੇ ਯਾਰ ਤੁਸੀਂ ਕਿਹੜਾ ਪੈਸਾ ਦੇ ਕੁਝ ਦੇਣਾ ਨਹੀਂ ਵਿਚਾਰੀ ਇੱਕ ਸਾਰੀਆਂ ਰੋ ਰਹੀਆਂ ਸੀ ਕਿ ਸਾਂਹੀ ਤੇ ਬੱਚਿਆਂ ਦਾ ਘਰੋਂ 2:30 ਵਜੇ ਚੱਲਦੀਆਂ ਉਥੇ ਪਹੁੰਚਣ ਲਈ 9 ਵਜੇ ਅਸੀਂ ਡਿਊਟੀ ਤੇ ਪਹੁੰਚਦੀਆਂ ਤੇ 9 ਵਜੇ ਜਦੋਂ ਪਹੁੰਚਦੀਆਂ ਡਿਊਟੀ ਤੇ 2:30 ਵਜੇ ਸਵੇਰੇ ਅੱਧੀ ਰਾਤ ਨੂੰ ਚੱਲ ਕੇ ਬੱਚਿਆਂ ਨੂੰ ਕਹਿੰਦੇ ਸੁੱਤਿਆਂ ਛੱਡ ਆਉਨੇ ਜਦੋਂ ਅਸੀਂ ਜਾਣੀਆਂ ਆ ਵਾਪਸ ਬੀਕੰਡ ਤੇ ਉਦੋਂ ਬੱਚੇ ਸੁੱਤੇ ਹੁੰਦੇ ਆ ਅਸੀਂ ਬੱਚਿਆਂ ਦਾ ਮੂੰਹ ਹੀ ਨਹੀਂ ਦੇਖ ਸਕਦੇ ਇਹ ਗੱਲ ਮੈਂ ਜਦੋਂ ਬ੍ਰਿਟਿਸ਼ ਵਰਕਿੰਗ ਕਲਾਸ ਦੀ ਜਿਹੜੀ ਯੂਕੇ ਦੇ ਵਿੱਚ ਜਿਹੜੀ ਉੱਥੋਂ ਦੀ ਕਿਵੇਂ ਵਰਕਿੰਗ ਕਲਾਸ ਜਾਨੀ ਤੁਸੀਂ ਮਜ਼ਦੂਰ ਜਮਾਤ ਕਿਵੇਂ ਬਣੀ ਹੋਣ ਵਿੱਚ ਆਈ ਕਿਸਾਨੀ ਤੋਂ ਜਦੋਂ ਕਿਸਾਨ ਉੱਜੜ ਉੱਜੜ ਕੇ ਸ਼ਹਿਰ ਤੇ ਲੰਡਨ ਚ ਹੋਰ ਜਗ੍ਹਾ ਆਏ ਤਾਂ ਉਹ ਮੈਂ ਕਹਾਣੀ ਲੰਬੀ ਬੀਕਿੰਗ ਆਫ ਦਾ ਇੰਗਲਿਸ਼ ਵਰਕਿੰਗ ਕਲਾਸ ਈਪੀ தாம்ਸਨ ਦੀ ਕਿਤਾਬ ਬੜੀ ਸੋਹਣੀ ਲਿਖੀ ਹੋਏ ਜੇ ਤੁਸੀਂ ਪੜ੍ਹੋ ਤੇ ਤੁਹਾਨੂੰ ਉਹ ਸੀਨ ਯਾਦ ਆਉਂਦੇ ਆ 200 ਸਾਲ ਪੁਰਾਣੇ ਉਹੀ ਹਾਲਤ ਇਸੇ ਇੱਥੇ ਹੈ ਉਦੋਂ ਦੇ ਵਰਕਰਾਂ ਬਾਰੇ ਉਹਨੇ ਲਿਖਿਆ ਕਿ ਉਹ ਆਪਣੇ ਬੱਚਿਆਂ ਦਾ ਮੂੰਹ ਸਤਵੇਂ ਦਿਨ ਜਣੀ ਉਹਨਾਂ ਨਾਲ ਗੱਲਬਾਤ ਹਫ਼ਤੇ ਬਾਅਦ ਕਰਦੇ ਸੀ ਜਿਹਦੇ ਰਹਿੰਦੇ ਕਰੇ ਸੀ ਮੈਂ ਕਿਹਾ ਯਾਰ ਇਹ ਕਿਵੇਂ ਹੋ ਸਕਦਾ ਬਸ ਆਹੀ ਗੱਲ ਰੋਜ਼ ਉਹਨਾਂ ਨੂੰ ਸੁੱਤਿਆਂ ਛੱਡ ਕੇ ਚਲੇ ਜਾਣਾ ਜਦ ਉਹਨੂੰ ਆਉਣਾ ਉਹ ਸੁੱਤੇ ਹੁੰਦੇ ਸੀ ਤੇ ਸਿਰਫ ਐਤਵਾਰ ਬੱਚਿਆਂ ਨਾਲ ਗੱਲਬਾਤ ਕਰਾ ਨੀਂਦੀ ਸੀ ਕਿਉਂਕਿ ਐਤਵਾਰ 크੍ਰਿਸਚੀਅਨਟੀ ਦੇ ਵਿੱਚ ਛੁੱਟੀ ਆ ਕ੍ਰਾਈਸ ਨੇ ਵੀ ਆਪਣੇ ਕੰਮ ਤੋਂ ਛੁੱਟੀ ਕੀਤੀ ਤੇ ਉਹ ਵਰਕਰਾਂ ਦੀ ਵੀ ਛੁੱਟੀ ਹੁੰਦੀ ਉਹਦੋਂ ਫਿਰ ਬੱਚੇ ਜਦੋਂ ਉੱਠਦੇ ਸੀ ਦੇਖਦੇ ਸੀ ਆ ਸਾਡਾ ਪਿਓ ਵਾ ਤੇ ਬਾਕੀ ਉਹਨਾਂ ਨੂੰ ਟਾਈਮ ਨਹੀਂ ਸੀ ਲੱਗਦਾ ਘਰੇ ਰਹਿੰਦਿਆ ਹੋਇਆ ਇੰਨਾ ਦਾ ਮੈਨੂੰ ਬਿਲਕੁਲ ਦਰਦ ਉਸੇ ਤਰ੍ਹਾਂ ਜ਼ਿਆਦਾ ਆਇਆ ਜੇ ਕਿਤੇ ਭਗਵੰਤ ਮਾਨ ਜਾਂ ਹੈਲਥ ਮਿਨਿਸਟਰ ਸੁੰਡਾ ਇਹ ਬੀਬੀਆਂ ਨੂੰ ਕਿਹੜੀ ਗੱਲ ਦੀ ਸਜਾਦ ਦਿੱਤੀ ਹੈ ਵਿਚਾਰਨਾ ਸੱਚੀ ਮੁੱਚੀ ਉਹ ਮਤਲਬ ਇੱਕੋ ਵੇ ਤਾਂ ਆ ਇਕੱਲੇ ਇਕੱਲੇ ਦਾ ਉਹ ਕੈਮਰੇ ਵਾਲੇ ਦਾ ਵੀ ਜਿੰਨੇ ਇਹ ਇੰਟਰਵਿਊ ਕੀਤੀ ਧੰਨਵਾਦ ਕਰਨਾ ਚਾਹੀਦਾ ਕਿਸੇ ਨੇ ਤੇ ਦਰਦ ਸੁਣਿਆ ਨਹੀਂ ਤੇ ਇੱਥੇ ਤੇ ਸਾਰੇ ਝੋਲੀ ਚੁੱਕ ਬਣੇ ਹੋਇਆ ਹਰ ਕੋਈ ਜਿਹੜਾ ਆ ਵੀ ਕੋਈ ਕੋਈ ਚੈਨਲ ਬੰਦ ਕਰ ਦਿੰਦੇ ਜੇ ਤੁਸੀਂ ਕਿਸੇ ਸਰਕਾਰ ਦੇ ਕਿਸੇ ਵੀ ਵਿਰੋਧ ਖਾਸ ਕਰਕੇ ਚੋਣਾਂ ਦੇ ਮਾਹੌਲ ਚ ਮਿੰਤ ਲੱਭ ਸਾਡੇ ਚੈਨਲ ਨੂੰ ਵੀ ਚੋਣਾ ਲੱਗਣ ਡਿਆ ਐਸੀ ਕਿਸਮ ਦਾ ਕਿਉਂਕਿ ਅਸੀਂ ਤਾਂ ਰੋਜ਼ ਜੋ ਬੋਲਣਾ ਸੱਚੀ ਗੱਲ ਬੋਲਣੀ ਬੋਲਣੀ ਆ ਉਹ ਗਾਂ ਬੰਦੇ ਜਿਹੜੇ ਆ ਉਹ ਉੱਥੇ ਪਤਾ ਨਹੀਂ ਕਿੱਥੋਂ ਪਿੱਛੋਂ ਕੋਈ ਬਟਨ ਦਬਦੇ ਮੈਨੂੰ ਪਤਾ ਲੱਗਦਾ ਜਿੱਤਰਾ ਕੁਈ ਕੇ ਦਾ ਫੇਸਬੁੱਕ ਤੇ ਆਉ ਮੈਂ ਅੱਜ ਕਿਤੇ ਗਿਆ ਕਿਤੇ ਪੇਜ ਡਾਊਨ ਕਰਤਾ ਮੈਂ ਕਿਹਾ ਤੁਹਾਡਾ ਡਾਊਨ ਕਿਉਂ ਹੋ ਗਿਆ ਬਈ ਕਹਿੰਦੇ ਫਿਰ ਕੋਈ ਉਹ ਗੱਲ ਅਸੀਂ ਕਹੀ ਸੀ ਉਹਦੇ ਕਰਕੇ ਕੋਈ ਗੱਲ ਹੀ ਨਹੀਂ ਕਹਿ ਸਕਦੇ ਫਿਰ ਇਤੇ ਕੰਮ ਹੀ ਬੜਾ ਰਿਸਕੀ ਬਣ ਗਿਆ ਇਸ ਲਈ ਉਹ ਚੈਨਲ ਦਾ ਮੈਂ ਤਾਂ ਧੰਨਵਾਦ ਕਰਦਾ ਘੱਟੋ ਘੱਟ ਉਹਨੇ ਲੋਕਾਂ ਤੱਕ ਉਹਨਾਂ ਦੇ ਦਰਦ ਨੂੰ ਬਚਾਇਆ ਤੇ ਰੋ ਰੋ ਕੇ ਕਹਿ ਰਗਾ ਸੀ ਕਿ ਜਦੋਂ ਅਸੀਂ ਮਨਿਸਟਰ ਨੂੰ ਵੀ ਮਿਲਦੇ ਹਾਂ ਮਨਿਸਟਰ ਸਾਹਿਬਾਨ ਨੂੰ ਕਹਿੰਦੇ ਹਾਂ ਭਾਈ ਸਾਡੀ ਟਰਾਂਸਫਰ ਲਾ ਕੇ ਕਰ ਦਿਓ ਪਹਿਲਾਂ ਕਹਿੰਦੇ ਸੀ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਕਰ ਦਿਆਂਗੇ ਤੁਸੀਂ ਅਪੁਆਇੰਟਮੈਂਟ ਲਓ ਇਹ ਮਹੱਲਾ ਕਲੀਨਿਕਾਂ ਦੀ ਸਟੋਰੀ ਸੁਣਾ ਰਿਹਾ ਮੈਂ ਕਿਸੇ ਗੁਲਾਮਦਾਰੀ ਸਿਸਟਮ ਦੀ ਨਹੀਂ ਗੱਲ ਸੁਣਾ ਰਿਹਾ ਪਰ ਇਹ ਹੈਗਾ ਬਿਲਕੁਲ ਜਿਵੇਂ ਇਹਦੇ ਨਾਲੋਂ ਤੇ ਗੁਲਾਮਾਂ ਦੀ ਵੀ ਜ਼ਿਆਦਾ ਆਜ਼ਾਦੀ ਗੁਲਾਮ ਵੀ ਗਲਮੀ ਨੂੰ ਉਸ ਤਰੀਕੇ ਨਾਲ ਠੀਕ ਹੈ ਬਾਂਡੇ ਬਾਂਡੇਜ਼ ਹੈ ਗੁਲਾਮ ਹੈਗੇ ਪਰ ਉਹਨਾਂ ਦੀ ਜਿਹੜੀ ਇਹਨਾਂ ਦਾ ਦਰਦ ਸੀਗੀ ਬੱਚਿਆਂ ਦਾ ਮਾਵਾ ਆ ਉਹ ਬਹੁਤੀਆਂ ਛੁੱਟੀ ਨਹੀਂ ਦਿੰਦੇ ਡਿਲੀਵਰੀ ਦੀ ਛੁੱਟੀ ਨਹੀਂ ਦਿੰਦੇ ਦੇਖੋ ਤੱਕਾ ਇਹ ਆਸਾ ਵਰਕਰਾਂ ਦੀ ਦੂਜਿਆਂ ਦੀਆਂ ਡਿਲੀਵਰੀਆਂ ਜਾਂ ਹੋਰਨਾਂ ਦੀਆਂ ਉਹਨਾਂ ਦੀ ਪ੍ਰੈਗਨਨਸੀ ਨੂੰ ਸੁਪਰਵਾਈਜ਼ ਕਰਦੀਆਂ ਸੀ ਤੇ ਆਪਣੇ ਘਰ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਮੈਂ ਇੱਕੋ ਗੱਲ ਕਹਿ ਕੇ ਕਿ ਜੇ ਸੀਜ਼ੇਰੀਅਨ ਹੋਇਆ 3 ਦਿਨ ਛੁੱਟੀ ਦਿੰਦੇ ਕਹਿੰਦੇ ਚੌਥੇ ਦਿਨ ਨੌਕਰੀ ਤੇ ਆ ਜਾਓ ਨਹੀਂ ਤੇ ਕੱਟਦੇ ਆ ਕਈ ਤੇ ਕਹਿੰਦੀਆਂ ਸਾਨੂੰ ਸੰਡੇ ਵੀ ਬੁਲਾਉਂਦੇ ਆ ਸੰਡੇ ਵੀ ਸਾਨੂੰ ਛੁੱਟੀ ਨਹੀਂ ਦਿੰਦੇ ਰੋ ਰੋ ਕੇ ਮਤਲਬ ਇਹ ਨਹੀਂ ਕਿ ਐਵੇਂ ਕੋਈ ਡਰਾਮਾ ਚੱਲ ਰਿਹਾ ਜਾਂ ਕਿਸੇ ਨੇ ਪੋਲੀਟੀਕਲੀ ਉਹਦੀ ਇੰਟਰਵਿਊ ਲੈ ਲਈ ਮੈਨੂੰ ਨਹੀਂ ਲੱਗਦਾ ਕਿਸੇ ਕਿਸਮ ਦਾ ਇਨਾ ਕੋਈ ਬੰਦਾ ਡਰਾਮਾ ਨਹੀਂ ਕਰ ਸਕਦਾ ਪੋਲੀਟੀਸ਼ੀਅਨ ਕਰ ਸਕਦੇ ਉਹ ਜਾਲੀ ਅਥਰੂ ਵੀ ਲਾ ਸਕਦੇ ਗਲਿਸਰੀਨ ਪਾ ਕੇ ਡਰਾਮਾ ਕਰਦੇ ਪਰ ਇੱਕ ਸਧਾਰਨ ਘਰ ਦੀਆਂ ਬੇਟੀਆਂ ਔਰਤਾਂ ਬਹੁਤ ਜ਼ਿਆਦਾ ਮੈਨੂੰ ਬਹੁਤ دیر ਬਾਅਦ ਕਿਸੇ ਨੂੰ ਵੇਖ ਕੇ ਇਨਾ ਦੁੱਖ ਲੱਗਾ ਕਿ ਯਾਰੇ ਸਾਡਾ ਸਿਸਟਮ ਕਿਹੜਾ ਇਹ ਦਿਨਾਂ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਨਹੀਂ ਐਸਕੇ ਹੇਠਾਂ ਦਾ ਸਕੂਲਾਂ ਦਾ ਵੀ ਦੇਖੜਾਉ ਜਿਹੜੇ ਨਵੇਂ ਬਣਾਏ ਆ ਨਾ ਸਕੂਲ ਬਹੁਤ 117 ਸਕੂਲ ਜਾਂ 18 ਜਿੰਨੇ ਵੀ ਬਣਾਏ ਆ ਉਹਨਾਂ ਦਾ ਵੀ ਕੱਚਾ ਚਿੱਠਾ ਸਾਹਮਣੇ ਇਸ ਤਰ੍ਹਾਂ ਹੀ ਟੀਚਰਾਂ ਵੱਲੋਂ ਜਦੋਂ ਰੂ ਰੋ ਕੇ ਉਹਨਾਂ ਨੇ ਇੰਟਰਵਿਊ ਦਿੱਤੀ ਮਾਲਾ ਕਲੀਨਿਕਾਂ ਦਾ ਤੇ ਆ ਗਿਆ ਉਹਨਾਂ ਨੂੰ ਜਦੋਂ ਉਹ ਕਹਿੰਦੀਆਂ ਕਿ ਸਾਡਾ ਸਾਨੂੰ ਕੋਈ ਮਤਲਬ ਇਹ ਮੇਰਾ ਤੇ ਖਿਆਲ ਹੈ ਕਿ ਜਨਰਲ ਲੋਬੀ ਹੈਗਾ ਆ ਇਹਤੇ ਦੇ ਸੈਂਟਰਲ ਗਵਰਨਮੈਂਟ ਨੇ ਸੈੱਟ ਕਰਵਾਏ ਮੈਂ 2 ਸਾਲ ਦੀ ਛੁੱਟੀ ਜਿਹਦਾ ਬੱਚਾ 18 ਸਾਲ ਤੋਂ ਛੋਟਾ ਮਦਰ 2 ਸਾਲ ਦੀ ਛੁੱਟੀ ਲੈਣ ਲਈ ਐਲੀਜੀਬਲ ਸੀਗੀ ਇਹ 2 ਹਫਤੇ ਦੀ ਨਹੀਂ ਦਿੰਦੇ ਘੱਟੋ ਘੱਟ ਕਿਸੇ ਵੀ ਮਦਰ ਨੂੰ ساری ਦੁਨੀਆ 'ਚ ਰੂਲਿਆ ਕਿ ਉਹਨੂੰ ਮਦਰ ਬਣਨ ਦਾ ਪ੍ਰਾਈਜ਼ ਹੁੰਦਾ 6 ਮਹੀਨੇ ਦੀ ਤੇ ਛੁੱਟੀ ਦਿਓ ਸਾਲ ਵੀ ਦਿੰਦੇ ਆ ਲੋਕ ਜਿਆਦਾ ਵੀ ਦਿੰਦੇ ਆ ਸੈਂਟਰ ਦੇ ਵਿੱਚ 2 ਉਹ 2 2 ਸਾਲਾਂ ਦੀ ਮੈਂ ਜਾਣਦਾ ਜਦੋਂ ਇਹ ਪਾਸ ਹੋਇਆ ਸੀਗਾ ਤੇ ਉਹਨਾਂ ਨੇ 18 ਸਾਲ ਤੱਕ ਦਾ ਕਦੋਂ ਵੀ ਲੈ ਸਕਦਾ ਸੀ ਬੱਚੇ ਨੂੰ ਕੇਅਰ ਕਰਨ ਦਾ ਇੱਕ ਚੰਗੀਆਂ ਗੱਲਾਂ ਮਾਂ ਬਣਨਾ ਜਾਂ ਕੋਈ ਔਰਤ ਹੋਣਾ ਗਨਾਹ ਹੋ ਗਿਆ ਇਹ ਕੋਈ ਪਾਪ ਹੋ ਗਿਆ ਤੁਸੀਂ ਇੰਨਾ ਖੱਜਲ ਕਰ ਰਹੇ ਆ ਇੰਨਾ ਰੋਵਾ ਰਹੇ ਉਹਨਾਂ ਨੂੰ ਤੇ ਕੀ ਚਾਰ ਛਿੱਲੜ ਦੇਣੇ ਨਹੀਂ ਦੇਣੇ ਤਨਖਾਹਾਂ ਕਿਹੜੀਆਂ ਤੁਸੀਂ ਉਹਨਾਂ ਨੂੰ ਲੱਖਾਂ ਰੁਪਈਆ ਚ ਦੇ ਰਹੇ ਆ ਉਹਨਾਂ ਦਾ ਟੰਬਰ ਵੀ ਨਹੀਂ ਪੜਦਾ ਅੱਧਿਆ ਤੇ ਕਿਰਾਇਆ ਦੇ ਵਿੱਚ ਕਿਰਾਇਆਂ ਤੋਂ ਇਸ ਕਰਕੇ ਬਚੀਆਂ ਹੋਈਆਂ ਕਿ ਇੱਥੇ ਕਿਰਾਇਆ ਔਰਤਾਂ ਲਈ ਮੁਫਤ ਕਰਤਾ ਸਰਕਾਰੀ ਬੱਸ ਚ ਚਲੇ ਜਾਂਦੀਆਂ ਹੋਣਗੀਆਂ ਨਹੀਂ ਤੇ ਉਹ ਕਿਰਾਇਆ ਜੀ ਖਤਮ ਹੋ ਜਾਣਾ ਹੁਣ ਕਹਿੰਦੇ ਕਿਉਂਕਿ ਕਿਰਾਇਆ ਨਹੀਂ ਇਸ ਕਰਕੇ ਜਿੱਥੇ ਮਰਜੀ ਲੈ ਜਾਓਗੇ ਤੁਸੀਂ ਉਹਨਾਂ ਦੀ ਤੇ ਅੱਜੀ ਅੱਧੀ ਜ਼ਿੰਦਗੀ ਬੱਸਾਂ ਦੇ ਵਿੱਚ ਨਿਕਲ ਜੂਗੀ ਉਹਨਾਂ ਨੂੰ ਮਿਨਿਸਟਰ ਇਹ ਕਹਿੰਦਾ ਕਿ ਕੁਝ ਨਹੀਂ ਹੋਣਾ ਛੱਡ ਦਿਓ ਇੱਕੋ ਹੀ ਗੱਲ ਅੱਗੇ ਜਵਾਬ ਮਿਲਦਾ ਕਿ ਤੁਸੀਂ ਜੇ ਨਹੀਂ ਇੱਥੇ ਕੰਮ ਕਰਨਾ ਛੱਡ ਦਿਓ ਇਹ ਡਿਕਟੇਟਰਸ਼ਿਪ ਆ ਗਿਆ ਇਹ ਕੋਈ ਰਾਜਾ ਰਾਜਿਆਂ ਦਾ ਰਾਜ ਆ ਗਿਆ ਜਾ ਇੱਥੇ ਕੋਈ ਗੈਂਗਸਟਰਾਂ ਦਾ ਰਾਜ ਆ ਗਿਆ ਕਿ ਤੁਸੀਂ ਕਿਸੇ ਦੀ ਅਪੀਲ ਦਲੀਲ ਸੁਣੋਗੇ ਨਹੀਂ ਕੋਈ ਕਾਨੂੰਨ ਦਾ ਰਾਜ ਨਹੀਂ ਹੈਗਾ ਇਸ ਲਈ ਮੈਂ ਦੇ ਚਾਹੂੰਗਾ ਕਿ ਤੁਸੀਂ ਵੀ ਸਮਝ ਜੇ ਸਖਿੰਦੇ ਤੇ ਤੁਹਾਨੂੰ ਉਹ ਮਿਲਣ ਬੀਬੀਆਂ ਮੱਲਾਕ ਲਿੰਕ ਵਾਲੀਆਂ ਜਾਂ ਜਿੱਥੇ ਵੀ ਕੋਈ ਸਪੈਸ਼ਲ ਵਿਜ਼ਿਟ ਕਰਦੀ ਇੱਕ ਜਰੂਰ ਉਹਨਾਂ ਦੀ ਇੰਟਰਵਿਊ ਹਾਈਲਾਈਟ ਮੈਨੂੰ ਛੱਡੋ ਤੁਸੀਂ ਮੇਰੇ ਨੂੰ ਤਾਂ ਰੋਜ਼ ਮੈਂ ਤੇ ਲੱਗਾ ਹੀ ਰਹਿਣਾ ਉਹਨਾਂ ਨੂੰ ਜਰੂਰ ਹਾਈਲਾਈਟ ਕਰੋ ਉਹਨਾਂ ਦੇ ਦੁੱਖ ਨੂੰ ਹਾਈਲਾਈਟ ਕਰੋ ਤਾਂ ਕਿ ਕੱਟੋਂ-ਕੱਟ ਉਹਨਾਂ ਦੀ ਆਵਾਜ਼ ਉਹਨਾਂ ਬੋਲੇ ਕੰਨਾਟਾ ਕ ਚੀ ਮੰਤਰੀ ਤੱਕ ਵੀ ਪਹੁੰਚੇ ਜਿਹੜੇ ਕੇਜਰੀਵਾਲ ਨੂੰ ਜ਼ਰੂਰ ਭੇਜਣ ਜੇਲ੍ਹ ਚੋਂ ਵਾਕੇ ਬੈਠੇ ਰਾਮਨਾ ਦੇਖ ਲੈਣਗੇ ਬਾਹਰ ਆ ਕੇ ਕੰਮ ਹੀ ਦੇਖ ਲੈਣਗੇ ਹੋ ਸਕਦਾ ਆ ਜਾਣ ਪਰ ਉਹਨਾਂ ਨੂੰ ਆਪਣੇ ਜਿਹੜੇ ਕਲੀਨਿਕ ਦਾ ਐਨਾ ਦੁਨੀਆ ਚ ਡੰਕਾ ਵਜਾਇਆ ਉਥੇ EMPLOYES ਦੀ ਕੀ ਹਾਲਤ ਕੀਤੀ ਦੁਰਦਸ਼ਾ ਕੀ ਕੀਤੀ ਹੈ ਉਹ ਖੁਦ ਦੇਖ ਲੈਣ ਬਿਲਕੁਲ ਇਹ ਜਿਹੜੀ ਖਬਰ ਹੈ ਉਹ ਲੋਕ ਆਵਾਜ਼ ਟੀਵੀ ਸਾਡੇ ਵਿੱਚਰ ਨੇ ਉਹਨਾਂ ਦੇ ਚੈਨਲ ਦੇ ਉੱਤੇ ਉਹਨਾਂ ਨੇ ਸਾਇਕ ਕੀਤੀ ਹੈ ਇਹ ਵਾਕੀ ਮਤਲਬ ਕਿ ਇਹ ਹੈ ਕਿ ਉਹ ਮਾਨਸਿਕ ਪੀੜਾ ਦੇ ਵਿੱਚੋਂ ਵੀ ਪੂਰਾ ਪਰਿਵਾਰ ਲੰਘਦਾ ਹੋਣਾ ਕਿ ਇੱਕ ਤਾਂ ਬੀਬੀ ਪ੍ਰੈਗਨੈਂਟ ਹੈ ਉਤੋਂ ਤੁਸੀਂ ਉਹਨਾਂ ਨੂੰ ਛੁੱਟੀ ਨਹੀਂ ਦੇ ਰਹੇ ਉਤੋਂ ਤੁਸੀਂ ਉਹਨਾਂ ਨੂੰ ਟਾਰਚਰ ਕਰ ਰਹੇ ਹੋ ਉਸ ਸਮੇਂ ਦੌਰਾਨ ਜਦੋਂ ਪ੍ਰੈਗਨੈਂਟ ਹੈ ਫਿਰ ਉਹਨੇ ਜੌਬ ਤੇ ਜਾਣਾ ਫਿਰ ਜੇ ਨਹੀਂ ਉੱਥੇ ਜਾਂਦੀ ਤਾਂ ਜੌਬ ਹੱਥੋਂ ਜਾਂਦੀ ਹੈ ਉੱਤੇ ਜਾਂਦੀ ਹੈ ਤਾਂ ਬੱਚਾ ਹਤ ਹੋ ਜਾਂਦਾ ਹੈ ਪਰਿਵਾਰ ਵੀ ਕੁਸਦਾ ਬਹੁਤ ਤਰੀਕੇ ਦਾ ਪ੍ਰੈਸ਼ਰ ਹੁੰਦਾ ਹੈ ਇੱਕ ਔਰਤ ਦੇ ਉੱਤੇ ਇੱਕ ਪਰਿਵਾਰ ਦੇ ਉੱਤੇ ਜਦੋਂ ਬੱਚਾ ਹੋਣਾ ਹੁੰਦਾ ਜਾਂ ਉਸ ਤੋਂ ਬਾਅਦ ਦੀਆਂ ਜੋ ਹਾਲਾਤ ਬਣਦੇ ਨੇ ਪਤਾ ਨਹੀਂ ਸਰਕਾਰਾਂ ਕਿਉਂ ਇਸ ਪਾਸੇ ਵੱਲੋਂ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਜੋ ਖੁਦ ਹੋਣੇ ਜੇ ਇੱਕ ਧੀ ਦੇ ਪਿਤਾ ਬਣੇ ਨੇ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਇਹ ਵੀ ਮੁੱਦਾ ਬਣਨਾ ਚਾਹੀਦਾ ਲੋਕਾਂ ਨੂੰ ਬਣਾਉਣਾ ਚਾਹੀਦਾ ਕਿਸਾਨਾਂ ਨੂੰ ਪਿੰਡ ਪਿੰਡ ਜਾਂ ਸ਼ਹਿਰ ਸ਼ਹਿਰ ਇਹ ਗੱਲ ਹੋਣੀ ਚਾਹੀਦੀ ਹੈ ਕਿ ਇਹ ਕਿਉਂ ਨਹੀਂ ਹੁਣ ਜੇ ਗੱਲਾਂ ਮੁੱਦਿਆਂ ਵਿੱਚ ਆਉਂਦੀਆਂ ਇਹ ਵੀ ਜ਼ਰੂਰੀ ਹੈ ਜਿੱਤੇ ਬਾਕੀ ਮੁੱਦੇ ਤੁਸੀਂ ਨਾ ਵੋ ਪ੍ਰੋਫੈਸਰ ਮੀਡੀਆ ਦੀ ਗੱਲ ਕੀਤੀ ਪੱਤਰਕਾਰ ਰਜਿੰਦਰ ਸਿੰਘ ਤੱਗੜ ਹੋਣਾਂ ਦਾ ਮਾਮਲਾ ਪਿਛਲੇ ਕਾਫੀ ਕਿਨਤ ਸੁਸਰਖੀਆਂ ਵਿੱਚ ਹੈ ਉਸ ਲੱਖਾਂ ਦੇ ਪਿੱਛੇ ਨੇ ਪਰ ਲਗਾਤਾਰ ਉਸ ਮਾਮਲੇ ਦੇ ਵਿੱਚ ਨਵੀਆਂ ਅਪਡੇਟਸ ਜਾਂ ਅਮਰੂਦ ਘਟਾਲੇ ਦੀ ਗੱਲ ਜਾਂ ਇਹ ਸਾਰਾ ਕੁਝ ਸਾਹਮਣੇ ਆਉਂਦਾ ਇਹਦੀ ਸਚਾਈ ਕੀ ਆਖਰਕਾਰ ਕਿਉਂਕਿ ਬਹੁਤ ਸਾਰੇ ਸਵਾਲ ਵੀ ਉੱਠਦੇ ਨੇ ਕਿ ਮੀਡੀਆ ਕਿਵੇਂ ਕੰਮ ਕਰਦਾ ਹੈ ਕਿ ਉਹ ਸਰਕਾਰ ਨੂੰ ਬਲੈਕਮੇਲ ਕਰਨ ਵਾਲੇ ਪਾਸੇ ਤੁਰਦਾ ਜਾਂ ਅਫਸਰशाही ਨੂੰ ਬਲੈਕਮੇਲ ਕਰਨ ਵਾਲੇ ਪਾਸੇ ਤੁਰਦਾ ਜਾਂ ਕੋਈ ਨਿੱਜੀ ਹਿੱਤਾਂ ਖਾਤਰ ਅੱਗੇ ਗੱਲ ਨੂੰ ਵਧਾਉਂਦਾ ਉਹ ਦੇਖੋ ਮੈਂ ਉਸ ਲਾਈਨਾਂ ਨਾਲ ਜਿਸਾਂ ਸਹਿਮਤਤ ਨਹੀਂ ਤੇ ਸਰਜੀਤ ਪਾਤਰ ਵਾਲਿਆਂ ਇੰਨਾ ਸੱਚ ਨਾਲ ਬੋਲ ਕੇ ਕੱਲਾ ਰਹਿ ਜਾਏ ਹੈ ਚਾਰਕ ਬੰਦੇ ਛੱਡ ਲਈ ਬੋਡਾ ਦੇਣ ਲਈ ਇਹ ਬੜਾ ਅਮਰੀਕਨ ਪ੍ਰੈਗਮੈਟਿਜ਼ਮ ਆ ਤੇ ਚਾਰ ਬੰਦੇ ਕਾਹ ਲਈ ਛੱਟਣੇ ਆ ਉਹ ਨਿਕੜਾ ਮੁੜ ਕੇ ਉੱਠਣਾ ਜਿਹੜਾ ਕਿਆ ਮਿੱਟੀ ਹੋ ਗਿਆ ਵੀ ਚਾਰ ਕਾਹਦੇ ਲਈ ਛੱੜਨੇ ਮੈਨੂੰ ਦੱਸ ਉਹਦੇ ਜਿਹੜੇ ਜੀਦੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਚੱਕਣ ਚੱਕਣ ਨਾ ਚੱਕਣ ਨਾ ਚੱਕਣ ਪਿਆਰੇ ਉਹਦੇ ਮਿੱਟੀ ਹੋ ਗਿਆ ਉਹ ਐਸੀ ਗੱਲ ਨਹੀਂ ਕਿ ਕਿਸੇ ਚਮਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਜਿਹੜਾ ਸੱਚ ਬੋਲਣਾ ਉਹਨੂੰ ਥਾਰੋ ਲਈ ਸੱਚ ਬੋਲੋ ਤਾਂ ਹੀ ਲੋਕ ਤੁਹਾਡੇ ਤੇ ਭਰੋਸਾ ਕਰਨਗੇ ਇਹ ਨਹੀਂ ਕਿ 95% ਸੱਚ ਦੇ 5% ਝੂਠ ਜਿੱਦਣ 5% ਝੂਠ ਪੜਿਆ ਗਿਆ ਉਹ 95 ਵੀ ਮਿੱਟੀ ਹੋ ਜਾਣਾ ਕਹਣਾ ਉਹ ਵੀ ਏਜੀ ਹੋਣਾ ਇਸ ਲਈ ਇਹਦੇ ਚ ਇਹੋ ਜਿਹਾ ਕੰਪਰੋਮਾਈਜ਼ ਨਹੀਂ ਹੋ ਸਕਦਾ ਦੂਜੀ ਗੱਲ ਤੱਗੜ ਸਾਹਿਬ ਦੀਆਂ ਤੁਸੀਂ ਵੀ ਵੀਡੀਓ ਸੁਣੀਆਂ ਹਰ ਇੱਕ ਦੇ ਆਪਣੇ ਆਪਣੇ ਟੇਸ ਹੁੰਦੇ ਆ ਕੋਈ ਉਸੇ ਗੱਲ ਨੂੰ ਮਜ਼ਾਕੀਆ ਟੰਗ ਨਾ ਕਹਿੰਦਾ ਕੋਈ ਉਸ ਗੱਲ ਨੂੰ ਬੜਾ ਅੰਕੜਿਆਂ ਨਾ ਕਹਿੰਦਾ ਕੋਈ ਉਸੇ ਗੱਲ ਨੂੰ ਸੈਂਸੇਸ਼ਨਲ ਬਣਾ ਕੇ ਕਰਦਾ ਕੁਛ ਤੇ ਚਲੋ ਪੇੜ ਦਾ ਮਾਮਲਾ ਵੀ ਹੁੰਦਾ ਟੀਆਰਪੀ ਵੀ ਚਾਹੀਦੀ ਹੈ ਜੇ ਟੀਆਰਪੀ ਨਹੀਂ ਤੇ ਫਿਰ ਪੇੜ ਕਿਵੇਂ ਚਲਾਉਣਾ ਇਹ ਸੈਲਫ এমਪਲॉयਮੈਂਟ ਦੇ ਵੀ ਸਾਧਨ ਹੈਗੇ ਛੋਟੇ ਛੋਟੇ ਮੀਡੀਆ ਇਸ ਕਿਸਮ ਦੀਆਂ ਉਹ ਮਜਬੂਰੀਆਂ ਵੀ ਹੈਗੀਆਂ ਪਰ ਜੇ ਆਪਾਂ ਦੇਖੀਏ ਹੈ ਤੇ ਬਹੁਤ ਤਕਾ ਉਹਨਾਂ ਦੇ ਨਾਲ ਜਿਉ ਕੋਈ ਫੈਕਟ ਤੋਂ ਭਾਰੀ ਗੱਲ ਕਰਦੇ ਆ ਗੱਲ ਸਮਝ ਪੈਂਦੀ ਆ ਜਿਵੇਂ ਕੋਈ ਫੈਕਟ ਤੋਂ ਬਾਹਰ ਗੱਲ ਕੀਤੀ ਨਹੀਂ ਤੇ ਉਹ ਗੱਲ ਕੀਤੀ ਹੈ ਜਿਹੜਾ ਨਾਰਮਲ মিডিਆ ਅਵਾਇਡ ਕਰਦਾ ਕਹਨੂੰ ਯਾਰ ਐਵੇਂ ਫਸਣਾ ਈਡੀ ਆਜੂਗੀ ਵਿਜੀਲੈਂਸ ਆਜੂਗੀ ਪੁਲਿਸ ਚੱਕ ਕੇ ਲੈ ਜੂ ਝੂਠਾ ਕੇਸ ਪਨਾ ਦੇਗੀ ਤੇ ਚੱਲੀ ਜਾਂਦਾ ਕਿੰਨਿਆਂ ਦੇ ਝੂਠੇ ਪਰਚੇ ਦੱਜ ਹੁੰਦੇ ਆ ਕਿੰਨਿਆਂ ਦੇ ਝੂਠੇ ਫੇਕ ਐਨਕਾਊਂਟਰ ਹੁੰਦੇ ਆ ਕਿੰਨਿਆਂ ਦੇ ਉਤੇ ਚਿੱਟਾ ਝੂਠਾ ਪਾਤ ਜੰਦਾ ਪੁਰਪਰ ਆਪ ਹੀ ਪੁਲੀਜੀ ਚੱਕ ਕੇ ਜੇਬ ਚ ਪਾ ਕੇ ਫੜਿਆ ਗਿਆ ਫੜਿਆ ਗਿਆ ਚ ਪੱਕਾ ਹੀ ਜੇਲ ਤੇ ਛੁੱਡ ਦਿੰਦੇ ਕਿਉਂਕਿ ਐਨਡੀਪੀਐਸ ਐਕਟ ਬੜਾ ਸਖਤ ਇਹ ਸਾਰਾ ਹੁੰਦਾ ਆ ਮੈਨੂੰ ਲੱਗਦਾ ਕਿ ਜੇ ਉਹਨਾਂ ਨੇ ਆਪਣੇ ਜੋ ਵੀ ਹੈ ਆਪਣੇ ਤਰੀਕੇ ਨਾਲ ਗੱਲਾਂ ਕੀਤੀਆਂ ਤਗੜ ਸਾਹਿਬ ਨੇ ਰਜਿੰਦਰ ਤਗੜ ਨੇ ਮੈਨੂੰ ਵੀ ਕਦੇ-ਕਦੇ ਉਹਨਾਂ ਦੀਆਂ ਵੀਡੀਓ ਉਹਨਾਂ ਮੈਂ ਦੇਖਿਆ ਕਿ ਉਹਦੇ ਚ ਸੈਂਸੇਸ਼ਨਲਿਜ਼ਮ ਥੋੜਾ ਜਿਹਾ ਹੁੰਦਾ ਆ ਜੁਕਯੂ ਦੀ ਗੱਲ ਹੈ ਤੁਹਾਨੂੰ ਵਾਰਨਿੰਗ ਦੇ ਦਿਓ ਕਿ ਆ ਸਾਨੂੰ ਆ ਤੁਹਾਡੀ ਗੱਲ ਗਲਤ ਆ ਪਰ ਉਹਦੇ ਤੇ ਕਾਨੂੰਨ ਹੈਗਾ ਨਾ ਪਰ ਤੁਸੀਂ ਕਿਸੇ ਦੀ ਆਵਾਜ਼ ਨੂੰ ਬੰਦ ਕਰੋ ਚੱਕ ਕੇ ਉਹਦੇ ਤੇ ਹੋਰ ਕੇਸ ਪਾ ਕੇ ਕਿਉਂਕਿ ਉਹਨੇ ਕਿਸੇ ਇੱਕ ਪੁਲਸ ਆਫਰਾ ਦੇ ਪੋਤੜੇ ਫੋਲਤੇ ਆ ਉਹ ਉਹਦਾ ਟੱਕਾਇਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਵੀ ਇਸ ਗੱਲ ਨੂੰ ਦੇਖਣਾ ਚਾਹੀਦਾ ਜਿਹੜਾ ਵੀ ਉਹਨਾਂ ਦਾ ਵਿਭਾਗਾਂ ਜਾਂ ਕਮਿਊਨੀਕੇਸ਼ਨ ਦਾ ਵਿਭਾਗ ਮੰਿਸਟਰੀ ਹੈਗੀ ਆ ਜਾਂ ਖੁਦ ਚੀਫ ਮਿਨਿਸਟਰ ਨੂੰ ਦੇਖਣਾ ਚਾਹੀਦਾ ਕਿ ਜੇ মিডিਆ ਦਾ ਗळा ਕੁੱਟੋਗੇ ਤਾਂ ਫਿਰ ਇਥੇ ਭੂਤ ਨੱਚਣਗੇ ਫਿਰ ਪੋਲਿਟਿਕਸ ਨਹੀਂ ਹੋਊਗੀ ਪੋਲਿਟਿਕਸ ਦੇ ਨਾਂ ਦੇ ਉੱਤੇ ਗੁੰਡਾਗਰਦੀ ਜ਼ਿਆਦਾ ਫੈਲੂਗੀ ਇਹੀ ਥੋੜੇ ਥੋੜੇ ਕੋਨੇ ਜਾਂ ਜਗ੍ਹਾ ਹੈੀਆਂ ਜਿੱਥੋਂ ਲੋਕਾਂ ਦਾ ਤੇ ਜਿਹੜੇ ਸੱਤਾ 'ਚ ਬੈਠੇ ਲੋਕ ਹੈਗੇ ਆ ਜਾਨੀ ਲੋਕਾਂ ਦਾ ਮਤਲਬ ਸੱਤਾ 'ਚ ਬੈਠੇ ਜਿਹੜੇ ਲੋਕ ਆ ਉਹ ਬਿਊਰੋਕ੍ਰੇਸੀ 'ਚ ਆ ਪੁਲਿਸ 'ਚ ਆ ਪੋਲਿਟਿਕ 'ਚ ਆ ਉਹਨਾਂ ਉਹਨਾਂ ਦੀ ਹੋਸ਼ ਠਿਕਾਣੇ ਰੱਖਦੇ ਉਹਨਾਂ ਨੂੰ ਇੱਕ ਭੈ ਡਰ ਕ੍ਰੀਏਟ ਉਹਨਾਂ ਦੇ ਮਨ 'ਚ ਹੁੰਦਾ ਕਿ ਮੀਡੀਆ ਵਾਲੇ ਸਾਡੇ ਸਾਨੂੰ ਨੰਗਾ ਕਰਨਗੇ ਇਸ ਲਈ ਉਹਨਾਂ ਦੀ ਜੇ ਆਵਾਜ਼ ਬੰਦ ਕਰਾਂਗੇ ਤੇ ਸਮਾਜ ਲਈ ਤੇ ਸਿਸਟਮ ਲਈ ਤੇ ਸਾਡੇ ਡੈਮੋਕ੍ਰੇਸੀ ਲਈ ਇਹ ਬਹੁਤ ਕਾਲਾ ਦਿਨ ਹੋਊਗਾ ਜਿੱਦ ਦਿਨ ਅਸੀਂ ਇਸ ਮੀਡੀਆ ਦੀ ਆਵਾਜ਼ ਨੂੰ ਕਮਜ਼ੋਰ ਕਰਾਂਗੇ ਪ੍ਰੋਫੈਸਰ ਅਗਲੀ ਖਬਰ ਸਿਆਸੀ ਜੋਂ ਮੈਦਾਨ ਤੋਂ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਬੇहद ਕਰੀਬੀ ਅੰਮ੍ਰਿਤਸਰ ਦਲ ਦੱਖਣੀ ਹਲਕੇ ਤੋਂ ਹਲਕਾ ਇੰਚਾਰਜ ਅਕਾਲੀ ਦਲ ਦੇ ਉਹ ਮੁੱਖ ਮੰਤਰੀ ਭਗਵੰਤਪਨ ਦੀ ਹਾਜ਼ਰੀ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਕਹਿੰਦੇ ਉਹ ਅਗਲੇ ਦਿਨਾਂ ਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਬਹੁਤ ਵੱਡੇ ਪੱ scale ਵੀ ਹੋ ਸਕਦੇ ਨੇ ਜਦੋਂ ਮਾਜੇ ਦੀ ਜਰਨਲਿ ਦੀ ਗੱਲ ਆਉਂਦੀ ਹੈ ਤਾਂ ਬ੍ਰਹਮਪੁਰਾ ਸਾਹਿਬ ਦੇ ਵੇਲੇ ਉਦੋਂ ਵੀ ਬੜੀਆਂ ਚਰਚਾਵਾਂ ਰਹਿੰਦੇ ਸੀ ਕਿ ਜਰਨੈਲ ਕੌਣ ਹੈ ਮਾਜੇ ਦਾ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿ ਉਹਨਾਂ ਦੀ ਬਾਦਲ ਪਰਿਵਾਰ ਦੇ ਨਾਲ ਸੁਖਵੀਰ ਬਾਦਲ ਖੁਰਾ ਨਾਲ ਉਹੀ ਉਸ ਤਰੀਕੇ ਨਾਲ ਬਣ ਨਹੀਂਉਂਦੀ ਕਿ ਪਾਰਟੀ ਦੇ ਅੰਦਰ ਕੁਝ ਵੀ ਚੰਗਾ ਨਹੀਂ ਚੱਲ ਰਿਹਾ ਸ਼ਾਇਦ ਕਹਿੰਦੇ ਜਿਹੜੀ ਖਡੂਰ ਸਾਹਿਬ ਤੋਂ ਟਿਕਟ ਲਾਣੀ ਗਈ ਹੈ ਉਹਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਉਹਨਾਂ ਨੂੰ ਦੇ ਦਿੱਤੀ ਜਾਏਗੀ ਇਸ ਕਿਸਮ ਦੀਆਂ ਖਬਰਾਂ ਵਿੱਚੋ ਵਿੱਚ ਚੱਲ ਰਹੀਆਂ ਨੇ ਕਿ ਜੇ ਉਤਰੋਂ ਜਿਹੜੇ ਤਨਵੀਰ ਗਿੱਲੂ ਹੁਣ ਆਮ ਆਦਮੀ ਪਾਰਟੀ ਚ ਗਏ ਨੇ ਉਹ ਕੋਈ ਇਹੋ ਜਿਹਾ ਖੁਲਾਸੇ ਕਰ ਦੇਣ ਜਿਹਦੇ ਨਾਲ ਅਕਾਲੀ ਦਲ ਨੂੰ ਡੈਂਟ ਵੱਜਦਾ ਹਾਲਾਂਕਿ ਉਹਦੋਂ ਪਹਿਲਾਂ ਬੋਨੀਏ ਜਨਾਲਾ ਜਦੋਂ ਭਾਜਪੀ ਚ ਗਏ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਮਤਲਬ ਕਿ ਵਿਕਰਮ ਮਜੀਠੀਆ ਦੇ ਉੱਤੇ ਬਾਦਲ ਪਰਿਵਾਰ ਤੇ ਸਿੱਧੇ ਸ਼ਬਦਾਂ ਵਿੱਚ ਸਵਾਲ ਚੁੱਕੇ ਸੀਗੇ ਬ੍ਰਹンプੁਰਾ ਸਾਹਿਬ ਵੀ ਬਹੁਤ ਕੁਝ ਬੋਲਦੇ ਰਹੇ ਨੇ ਵਿਕਰਮ ਮਜੀਠੀਆ ਹੁਣਾਂ ਬਾਰੇ ਤੇ ਹੁਣ ਫੇਰ ਜੇ ਮਜੀਠੀਆ ਦੀ ਗੱਲ ਅੱਗੇ ਆਉਂਦੀ ਹੈ ਤਾਂ ਅਕਾਲੀ ਦਲ ਲਈ ਕਿਤੇ ਨ ਦੇ ਮਾਧਿਅਮ ਦੇ ਵਿੱਚ ਹੋਰ ਕੋਈ ਸਿਰ ਕੱਢਵਾ ਲੀਡਰ ਨਜ਼ਰ ਨਹੀਂ ਆਉਂਦਾ ਬਲਟੋਵਾ ਸਾਹਿਬ ਨਜ਼ਰ ਆਉਂਦੇ ਨੇ ਪਰ ਪਹਿਲੇ ਨੰਬਰ ਤੇ ਵਿਕਰਮ ਜੀਠੀਆਂ ਨੂੰ ਦੇਖਿਆ ਜਾਂਦਾ ਦੇਖੋ ਅਸਲ ਤੇ ਪੋਲਿਟੀਕਲ ਪਾਰਟੀਆਂ ਦੇ ਅੰਦਰ ਹੋਇਆ ਕੀ ਹੈ ਕਿ ਇਹ ਚੰਦਕ ਲੋਕਾਂ ਦੀ ਪ੍ਰਾਈਵੇਟ ਕੰਪਨੀਆਂ ਵਾਂਗੂ ਪ੍ਰਾਈਵੇਟ ਲਿਮਟਿਡ ਕੰਪਨੀਆਂ ਹਦੀਆਂ ਬਣ ਕੇ ਰਹਿ ਗਈਆਂ ਇਸ ਨੂੰ ਜਦ ਤੱਕ ਇਹ ਓਵਰਹਾਲ ਨਹੀਂ ਕਰਦੇ ਇਹ ਭਾਵੇਂ ਕਾਂਗਰਸ ਹੋਵੇ ਭਾਵੇਂ ਕੋਈ ਬੀਜੇਪੀ ਨੂੰ ਛੱਡ ਲਓ ਉਹਦੇ ਵਿੱਚ ਅਜੇ ਵੀ ਤੰਤਰ ਜੰਤਰ ਮੰਤਰ ਕਾਫੀ ਹੈ ਜਿਹੜੀ ਇੱਕ ਸਿਸਟਮ ਆਰਗੇਨਾਈਜੇਸ਼ਨ ਟਾਪ ਟੂ ਬਾਟਮ ਜਿਹੜੀ ਹਾਰਾਰਕੀ ਹੈਗੀ ਹੈ ਹੈਨਾ ਇੰਨਾ ਚ ਉਹ ਅੱਛਾ ਉਹਦੇ ਚ ਵੀ ਜੋ ਤੁਸੀਂ ਪੰਜਾਬ ਦੀ ਬੀਜੇਪੀ ਦਾ ਹਾਲ ਦੇਖਿਆ ਉੱਥੇ ਵੀ ਬਹੁਤ ਕੁਝ ਵਿਗਾੜ ਪੈ ਰਿਹਾ ਵੀ ਦੋ ਕੁ ਬੰਦੇ ਜਿਹੜੇ ਉੱਪਰ ਬੈਠੇ ਆ ਸਾਰੇ ਬੀਜੇਪੀ ਦੀ ਗੁੰਡੀ ਕਮਾਈ ਤੁਰੇ ਜਾਂਦੇ ਆ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਜੋ ਹੋ ਰਿਹਾ ਖਾਸ ਕਰ ਬੀਜੇਪੀ ਦਾ ਇਹ ਹੈ ਤੇ ਹਰ ਪਾਰਟੀ ਕੀ ਮੈਂ ਕਹਾਂ ਅਕਾਲੀ ਦਲ ਚ ਵੀ ਹੈਗਾ ਯਾਨੀ ਜਿਹੜੇ ਥੱਲੇ ਵਰਕਰ ਆ ਉਹਨਾਂ ਦੀ ਕੋਈ ਸੇ ਨਹੀਂ ਉਹ ਫੈਸਲਾ ਲੈਣ ਦੇ ਵਿੱਚ ਕਿਸੇ ਨੂੰ ਉੱਪਰ ਕਰਨ ਥੱਲੇ ਕਰਨ ਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਜਿਵੇਂ ਕਿਹਾ ਚਾਰ ਪੰਜ ਸੱਤ ਬੰਦੇ ਲੱਕੜੀ ਜੇ ਚੌਧਰੀ ਉੱਪਰ ਪੈਦਾ ਹੋ ਜਾਂਦੇ ਪਾਰਟੀ ਉਹੀ ਕੋਰ ਕਮੇਟੀ ਬਣ ਗਈ ਜਾਂ ਉਹ ਬਣ ਕੇ ਲੀਡਰ ਉਹ ਹੀ ਪ੍ਰਧਾਨ ਉਹ ਹੀ ਸੀਨੀਅਰ ਵਾਈਸ ਪ੍ਰਧਾਨ ਬੰਡ ਬਣਾ ਕੇ ਕੰਮ ਚੱਕੀ ਦੁਰੇ ਜਾਂਦੇ ਇਸ ਨੂੰ ਬੇਸਿਕਲੀ ਡਰਾਸਟਿਕਲੀ ਜੇ ਦੀ ਦੁਬਾਰਾ ਰੀਵਿਊ ਕਰਕੇ ਤੇ ਇਹਨੂੰ ਰੀਆਰਗੇਨਾਈਜ਼ ਕਰਨਾ ਪਊਗਾ ਨਹੀਂ ਤੇ ਪਾਰਟੀ ਨਾਲ ਦੇ ਅੰਦਰ ਲੋਕਾਂ ਦਾ ਭਰੋਸਾ ਨਹੀਂ ਰਹੂਗਾ ਇਹ ਪ੍ਰੋਬਲਮਾਂ ਬਾਰ-ਬਾਰ ਆਉਣਗੀਆਂ ਜਿਹੜਾ ਵੀ ਬੰਦਾ ਆਪਣੇ ਆਪ ਨੂੰ ਮਹਿਸੂਸ ਕਰੂਗਾ ਕਿ ਮੇਰੀ ਜਗ੍ਹਾ ਬਣਦੀ ਸੀ ਮੇਰਾ ਇੱਥੇ ਸਥਾਨ ਬਣਦਾ ਸੀ ਤਾਂ ਉਹ ਬਗਾਵਤ ਕਰਕੇ ਦਿਲਵੀਰ ਗੋਲਡੀ ਆ ਉਹ ਭਾਗੇ ਲਊਗਾ ਅਭੀ ਕਾਂਗਰਸ ਵਿੱਚ ਵੀ ਤੇਜ਼ੀ ਹੋਇਆ ਹੈ ਨਾ ਦਿਲਵੀਰ ਗੋਲਡੀ ਦਾ ਉਹਨੂੰ ਲੱਗਦਾ ਸੀ ਕਿ ਮੇਰਾ ਹੱਕ ਮੰਨਦਾ ਸੀ ਕਿ ਬਾਹਰੋਂ ਲਿਆ ਕੇ ਮੇਰਾ ਪਾਰਟੀ ਨੇ ਹੱਕ ਸ਼ੀਨ ਕੇ ਕਿਸੇ ਨੂੰ ਦਿੱਤਾ ਉਸੇ ਤਰ੍ਹਾਂ ਇੱਥੇ ਹੋਊਗਾ ਕਿ ਸਾਡਾ ਹੱਕ ਕੋਈ ਮੰਨਦਾ ਸੀਗਾ ਇਹ ਸ਼ੀਨ ਕੇ ਦਿੱਤਾ ਮੈਂ ਦੂਜੇ ਪਾਸੇ ਚੱਲਿਆ ਹੁਣ ਜਿੱਧਰ ਦਿਲਵੀਰ ਗੋਲਡੀ ਗਿਆ ਦਿਲਵੀਰ ਗਿੱਲ ਗਿਆ ਉਹ ਗਏ ਆ ਭਗਵੰਤ ਮਾਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਭਾਈ ਉੱਥੇ ਤੇ ਪਹਿਲਿਆਂ ਨੂੰ ਤੇ ਪੁੱਛ ਲਿਆ ਕਰੋ ਜਿੱਥੇ ਜਾਣਾ ਉੱਥੇ ਕੀ ਹੈ ਜੋ ਵੀ ਕਹਿ ਕੇ ਕੀਤਾ ਹੋਇਆ ਇੱਕ ਵਾਰੀ ਨੇਰੀ ਚ ਕੋਈ ਕੰਮ ਚੱਲ ਗਿਆ ਚੱਲ ਗਿਆ ਉਹ ਤੇ ਨੇਰੀ ਦੇ ਕਰਕੇ ਚੱਲ ਗਿਆ ਲੋਕਾਂ ਨੇ ਜੋਸ਼ ਕਰਕੇ ਚੱਲ ਗਿਆ ਕਿਤੇ ਪਾਰਟੀ ਦੇ ਪ੍ਰੋਗਰਾਮ ਜਾਂ ਪਾਰਟੀ ਦੀ ਤਨਜ਼ੀਮ ਲੀਡਰਸ਼ਿਪ ਜਿੱਥੇ ਬੰਦੇ ਘਟਾਜੇ ਦੀ ਤਾਕਤ ਕਰਕੇ ਗਿਆ ਬਿਲਕੁਲ ਨਹੀਂ ਲੋਕਾਂ ਨੇ ਬਦਲਨਾ ਸੀ ਬਦਲਤਾ ਲੋਕਾਂ ਨੇ ਬਦਲ ਕੇ ਦੇਖ ਵੀ ਲਿਆ ਹੁਣ ਤੁਸੀਂ ਲੇਟ ਆ ਉਹ ਸੁਨੇਰੀ ਚ ਖੜੇ ਹੁੰਦੇ ਬਦਲਿਆ ਹੁੰਦਾ ਤੇ ਤੁਹਾਡਾ ਬਹੁਤ ਵਧੀਆ ਹੋਣਾ ਸੀ ਹੋ ਸਕਦਾ ਫਿਰ ਇੱਥੇ 98 ਬਣ ਜਾਂਦੇ 92 ਦੀ ਜਗ੍ਹਾ 98 ਜਿੱਤ ਜਾਂਦੇ ਪੰਜ ਛੇ ਜਿਹੜੇ ਹੋਣ ਗਏ ਆ ਉਦੋਂ ਹੀ ਜਾਂਦੇ ਤੁਸੀਂ ਉਦੋਂ ਵੇਲਾ ਕੇ ਫਿਰ ਜਦੋਂ ਵੇਲੇ ਤੋਂ ਖੁੰਝ ਖੁੰਝ ਜਾਂਦੇ ਆ ਤੇ ਫਿਰ ਤੁਸੀਂ ਉਧਰ ਵੀ ਜਾਂਦੇ ਆ ਤੇ ਉਧਰੋਂ ਵੀ ਜਾਂਦੇ ਆ ਇਹ ਗੱਲ ਮੈਂ ਆਪਣੇ ਬਹੁਤ ਆਮ ਆਦਮੀ ਪਾਰਟੀ ਨੂੰ ਨੇੜਿਓਂ ਅਨੁਭਵ ਕਰਕੇ ਸਟੱਡੀ ਕਰਕੇ ਤੁਹਾਨੂੰ ਗੱਲ ਕਹਿ ਰਿਹਾ ਕਿ ਹੈ ਇਹ ਬਾਕੀ ਪਾਰਟੀਆਂ ਵਿੱਚ ਤੇ ਜਿਤਨਾ ਹੁਣ ਅਕਾਲੀ ਦਲ ਆ 4 5 6 7 ਬੰਦੇ ਹੋਣਗੇ ਮਾਝੇ ਚ ਚਲੋ ਬਿਕਰਪਜੀਤ ਮਜੀਠੀਆ ਹੋਗੇ ਅੱਗੇ ਹੋਰ ਉਦੇਸੀ ਕੋਈ ਦੀ ਡੈਥ ਹੋ ਗਈ ਕੋਈ ਸੱਜੇ ਕਬੇ ਜੋ ਵੀ ਕੁਝ ਨੂੰ ਪੁੱਛਿਆ ਨਹੀਂ ਜਾਂਦਾ ਜਿਤਨਾ ਹੁਣ ਛੋਟੇ ਪਰ ਪੁਰਾਣੇ ਲੀਡਰ ਹੈਗੇ ਆਖਰੀ ਤੁਸੀਂ ਉਹਨਾਂ ਦਾ ਨਾਮ ਸੁਣਦੇ ਆ ਨਹੀਂ ਪੁੱਛਦੇ ਉਹ ਅਕਾਲੀ ਦਲ ਤੇ ਆਜਿਕੇਲ ਕਿਸੇ ਵੇਲੇ ਕਨਵੀਨੈਂਟ ਸੀਗੇ ਆਮ ਆਦਮੀ ਪਾਰਟੀ ਦੇ ਤੇ ਇਸ ਕਿਸਮ ਦਾ ਮੈਂ ਦੇਖਦਾ ਹਾਂ ਕਿ ਉਹ ਜਿਹੜੇ ਉੱਪਰੋਂ ਭਾਰੂ ਹੋ ਜਾਂਦੇ ਥੱਲੇ ਵਾਲਿਆਂ ਦਾ ਕਾਦੇ ਜਿਹੜਾ ਉਹ ਫਿਰ ਘਟਨਾ ਤੇ ਕੀ ਉਹ ਰੋਲ ਹੀ ਜਾਂਦੇ ਬੱਧੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਮੀਡੀਆ ਵੀ ਉਹਨਾਂ ਨਹੀਂ ਪੁੱਛਦਾ ਜਿਹੜੇ ਦਿਖਦੇ ਆ ਦੂਜਿਆਂ ਨੂੰ ਉਹ ਵੀ ਧਿਆਨ ਦੇਣਾ ਛੱਡ ਦਿੰਦੇ ਆ ਇਸ ਕਰਕੇ ਉਹ ਹੋਰ ਮਾਰਜਨਲਾਈਜ਼ ਹੋ ਜਾਂਦੇ ਇਹ ਕੰਮ ਤੋਂ ਮੁਕਤੀ ਪਾਉਣੀ ਬੜੀ ਜ਼ਰੂਰੀ ਹੈ ਸਾਰੀਆਂ ਪਾਰਟੀਆਂ ਨੂੰ ਇਸ ਤਰ੍ਹਾਂ ਹੀ ਅਕਾਲੀ ਦਲ ਨੂੰ ਵੀ ਕਿ ਜੇ ਉਹਨਾਂ ਨੇ ਪਾਰਟੀ ਨੂੰ ਮਜ਼ਬੂਤ ਕਰਨਾ ਇੱਕ ਚੰਗੀ ਸਿਹਤਮੰਦ ਤੇ ਵਿਸ਼ਾਲ ਧਰਾਤਲ ਵਾਲੀ ਵਿਸ਼ਾਲ ਉਹਦੇ ਥੱਲਿਓਂ ਲੋਕਾਂ ਵਾਲੀ ਜਿਹਦੇ ਚ ਕਾਫੀ ਲੋਕ ਉਹਦਾ ਮਤਲਬ ਸਟਾਫ ਹੋਣ ਜਾਂ ਉਹਦੀ ਮੈਂਬਰਸ਼ਿਪ ਵਿਸ਼ਾਲ ਹੋਵੇ ਤਾਂ ਫਿਰ ਲੋਕਾਂ ਦੀ ਜਿਹੜੀ ਰੈਕੋਗਨੀਸ਼ਨ ਹੈ ਉਹ ਬੜੀ ਜ਼ਰੂਰੀ ਹੈ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਅ ਇੰਜ ਸਮਝੋ ਕਿ ਉਹ ਮਜ਼ਦੂਰ ਆ ਉਹ ਤੱਪੜ ਵਿਛਾਉਣ ਲਈ ਬਦਰੀਆਂ ਵਿਛਾਉਣ ਲਈ ਬੈਠੇ ਰਹਿਣ ਤੇ ਤੁਸੀਂ ਉੱਪਰ ਮੜਾਈ ਖਾਈ ਜਾਓ ਤੇ ਥੱਲੇ ਵਾਲੇ ਜਿਹੜੇ ਆ ਉਹਨਾਂ ਨੂੰ ਲੱਸੀ ਵੀ ਨਾ ਮਿਲੇ ਇਹ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਇਸ ਇਸ ਅਪਰੋਚ ਦੇ ਰਿਜ਼ਲਟ ਇਨ ਨਿਕਲਦਾ ਕਿ ਬਾਰ-ਬਾਰ ਲੋਕ ਕਦੀ ਇਧਰੋਂ ਟੁੱਟਦੇ ਕਦੀ ਉਧਰੋਂ ਜਾਂਦੇ ਕਦੀ ਉਧਰ ਟੱਕਰਾ ਮਾਰਦੇ ਆ ਤੁਸੀਂ ਅਹੀ ਦੇਖ ਲਓ ਕਿ ਪੰਜਾਬ ਦੀ ਕਾਂਗਰਸ ਦਾ ਹਾਲ ਤੇ ਆ ਕਿ ਜਿੱਥੇ ਵੀ ਕੋਈ ਬੰਦਾ ਖੜਾ ਹੋਇਆ ਉਹਨਾਂ ਦਾ ਆਪਣਾ ਖੜਾ ਹੋਇਆ ਕਿਤੇ ਦਵਾਰਾ ਖੜਾ ਹੋ ਗਿਆ ਕਿਤੇ ਬਾਹਰੋਂ ਆ ਕੇ ਏਰੀਆ ਚੇਂਜ ਹੋ ਗਿਆ ਸਾਰੀ ਜਗ੍ਹਾ ਤਕਰੀਬਨ ਮਿੰਟੇ ਕੋਈ ਸੀਟ ਦੇਖੀ ਨਹੀਂ ਜਿੱਥੇ ਰਵੋਲਟ ਨਾ ਹੋਇਆ ਹੋਵੇ ਜਿੱਥੇ ਲੋਕਾਂ ਉਹਨਾਂ ਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਉਹਨਾਂ ਦੀ ਬਗਾਵਤੀ ਸੁਰਾ ਨਾ ਦਿਖਾਈਆਂ ਇਹ ਕਿੱਥੋਂ ਆਉਂਦਾ ਕਾਂਗਰਸ ਦਾ ਇਹ ਆਉਂਦਾ ਇੱਥੋਂ ਵਾਂ ਕਿਉਂਕਿ ਤੁਸੀਂ ਪਹਿਲਾਂ ਜਿਹੜੀ ਜ਼ਿਲ੍ਹੇ ਦੀ ਕਮੇਟੀ ਉਹਦੇ 'ਚ ਫੈਸਲਾ ਨਹੀਂ ਲੈਂਦੇ ਪਰ 6 ਮਹੀਨੇ ਬਿਲੀਆਂ ਸ਼ੁਰੂ ਕਰਦੇ ਹੋ ਵੋਟਾਂ ਪਵਾ ਲਓ ਹੋਰ ਕੋਈ ਕੰਮ ਤਰੀਕਾ ਕੱਢੋ ਇਹ ਸੁਧਾਰ ਕਰਨੇ ਬੜੇ ਜ਼ਰੂਰੀ ਹੈ ਇਸ ਲਈ ਮੈਂ ਉਹਨਾਂ ਬੰਦਿਆਂ ਨੂੰ ਨਹੀਂ ਕਹਿੰਦਾ ਜਿਹੜਾ ਛੱਡ ਕੇ ਜਾਂਦੇ ਪਰ ਜਿਹੜੇ ਛੱਡ ਕੇ ਜਾਂਦੇ ਐ ਅਕਾਲੀ ਦਲ 'ਚੋਂ ਗਏ ਜਿਵੇਂ ਅੱਜ ਉਹਨਾਂ ਨੂੰ ਸੋਚ ਜ਼ਰੂਰ ਲੈਣਾ ਚਾਹੀਦਾ ਕਿ ਕੋਈ ਵੀ ਜਿਹੜਾ ਬੰਦਾ ਪਹਿਲੀ ਇੱਕ ਕੰਪਨੀ ਛੱਡਦਾ ਤੇ ਉਹਦੇ ਤੋਂ ਵਧੀਆ ਕੰਪਨੀ 'ਚ ਜਾਂਦਾ ਇਹ ਨਹੀਂ ਕਿ ਇੱਕ ਕੰਪਨੀ ਤੋਂ ਛੱਡ ਕੇ ਜਿਹੜੀ ਵੀ ਕੀ ਉਹ ਹੀ ਕੰਪਨੀ ਆ ਜਾਂ ਜਿਹੜੀ ਡਾਊਨ ਜਾ ਰਹੀ ਜਿਹਦੇ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰ ਵੇਕ ਨਹੀਂ ਰਹੇ ਤੁਸੀਂ ਉਹਦੇ 'ਚ ਜਾ ਫੜੋ ਮੈਂ ਇੱਕ ਪਾਰਟੀ ਨੂੰ ਲਾ ਕੇ ਨਹੀਂ ਕਹਿੰਦਾ ਉਹਨਾਂ ਨੂੰ ਜਨਰਲੀ ਇਹ ਸੋਚਣਾ ਚਾਹੀਦਾ ਹਾਂ ਕਈ ਵਾਰੀ ਕੀ ਹੁੰਦਾ ਕਿ ਵੱੱਡੇ ਪਾਰਟੀਆਂ ਇਸ ਕਰਕੇ ਬਦਲਦੇ ਆ ਰੂਲਿੰਗ ਨਾਲ ਚਲੇ ਜਾਂਦੇ ਆ ਕਿ ਦੂਜਾ ਦਬਾ ਪਿਆ ਹੁੰਦਾ ਚਾਬੀ ਮਰੋੜੀ ਹੁੰਦੀ ਆ ਭਾਈ ਆ ਸਾਡੇ ਕੋਲ ਫਾਈ ਲਿਆ ਐਨਾ ਤੇਰਾ ਆਲੇ ਸੱਜੇ ਖੱਬੇ ਸਾਨੂੰ ਲੱਗਦਾ ਹੁਣ ਪਾਰਟੀ ਦਾ ਵੇਖਣਾ ਤੇ ਪਾਰਟੀ ਦਾ ਵੇਖ ਫਿਰ ਜੇਲ੍ਹ ਚ ਚੱਲ ਨਹੀਂ ਤੇ ਫਿਰ ਇਲੈਕਸ਼ਨਾਂ ਦਾ ਦੌਰ ਆ ਗੱਲ ਚ ਪੱਲੂ ਪਾ ਲਾ ਬਾਕੀ ਬਾਅਦ ਚ ਵੇਖਾਂਗੇ ਇਸ ਤਰ੍ਹਾਂ ਦੇ ਵੀ ਕਾਰਨ ਹੋ ਸਕਦੇ ਆ ਮੋਦੀ ਜੀ ਵੀ ਕਰ ਰਿਹਾ ਇਥੇ ਆਪ ਵੀ ਕਿਸੇ ਹੱਦ ਤੱਕ ਇਹੋ ਜਿਹੇ ਦਾਅ ਪੇਚ ਵਰਤ ਸਕਦੀ ਹੈ ਜਿਵੇਂ ਕਿ ਸਖਪਾਲ ਕਹਰੇ ਨੇ ਦਿਲਵੀਰ ਗੋਲਡੀ ਦੇ ਉੱਤੇ ਅਲੀਗੇਸ਼ਨ ਲਾ ਕੇ ਇਸ ਗੱਲ ਦਾ ਥੋੜਾ ਲੋਕਾਂ ਦੇ ਵਿੱਚ ਚਰਚਾ ਛੇੜਨ ਦਾ ਕੋਸ਼ਿਸ਼ ਕੀਤੀ ਬਿਲਕੁਲ ਉਧਰੋਂ ਵਿਰਸਾ ਸਿੰਘ ਵਟੂਆ ਅਕਾਲੀ ਦਲ ਦੀ ਸਿਆਸਤ ਨੂੰ ਬੜਾ ਸਪਸ਼ਟ ਕਰਦੇ ਨਜ਼ਰ ਆਉਂਦੇ ਨੇ ਕਿ ਜਦੋਂ ਪੰਥਕ ਮੁੱਦੇ ਜਾਂ ਸਿਧਾਂਤਾਂ ਦੀ ਗੱਲ ਜਾਂ ਉਸੂਲਾਂ ਦੀ ਗੱਲ ਹੁੰਦੀ ਹੈ ਅਮਰਤਪਾਲ ਸਿੰਘ ਨੂੰ ਖੁੱਲਾ ਚੈਲੰਜ ਕਰਦੇ ਨੇ ਕਿ ਆਓ ਬੈਠ ਕੇ ਡਿਬੇਟ ਕਰੀਏ ਹੋ ਸਕਦਾ ਹੈ ਕਹਿੰਦੇ ਕਿ ਜੇ ਮੈਨੂੰ ਤੁਸੀਂ ਹਰਾ ਦਿਓ ਤੇ ਜਾਂ ਫਿਰ ਮੈਂ ਮਤਲਬ ਕਿ ਸਮਝ ਲਵਾ ਕੇ ਆਂ ਬਿਲਕੁਲ ਇੱਥੇ ਮੈਂ ਗਲਤ ਆ ਜਾਂ ਜਿਸ ਵੀ ਢੰਗ ਨਾਲ ਉਹ ਕਹਿੰਦੇ ਮੈਂ ਸੀਟ ਛੱਡਣ ਨੂੰ ਵੀ ਤਿਆਰ ਆ ਸੀਟ ਕਾਫੀ ਮਤਲਬ ਕਿ ਸਰਗਰਮ ਹੈ ਇਹ ਕਿ ਇਹਦੇ ਇਸ ਸੀਟ ਦੇ ਨਤੀਜੇ ਕਿਦਾਂ ਦੇ ਹੋਣਗੇ ਇੱਕ ਵੀਡੀਓ ਵੀ ਚੱਲ ਰਹੀ ਹੈ ਰਾਣਾ ਗੁਰਜੀਤ ਉਹਨਾਂ ਦੇ ਤੇ ਉਹਨਾਂ ਦੇ ਪੁੱਤਰ ਦੇ ਹੱਕ ਦੇ ਵਿੱਚ ਜਿਹੜੇ ਉਹਨਾਂ ਨੇ ਸਪੋਰਟ ਇਕੱਠੇ ਹੋਏ ਨੇ ਉਹ ਵੀ ਕਹਿ ਰਹੇ ਨੇ ਕਿ ਪਾਰਟੀ ਨੇ ਚੰਗਾ ਨਹੀਂ ਕੀਤਾ ਤੁਹਾਨੂੰ ਟਿਕਟ ਦਿੱਤੀ ਨਹੀਂ ਪਰ ਚਲੋ ਕਹਿੰਦੇ ਕੋਈ ਗੱਲ ਨਹੀਂ ਹਵਾ ਤੇ ਇੱਥੇ ਅਮਰਪਾਲ ਦੀ ਹੈ ਹੁਣ ਇੱਕ ਪਾਸੇ ਹਵਾ ਤੇ ਦੂਜੇ ਪਾਸੇ ਵਿਰਸਾ ਸਿੰਘ ਬਲਟੂਆ ਹੋਰੀ ਜਿਸ ਤਰੀਕੇ ਨਾਲ ਟੱਕਰ ਰਹੇ ਨੇ ਇਸ ਸੀਟ ਦੇ ਸਮੀਕਰਨ ਹਰ ਬਦਲਦੇ ਨਜ਼ਰ ਆਉਂਦੇ ਦੇਖੋ ਜਿਹੜਾ ਵਿਰਸਾ ਸਿੰਘ ਵਲਟੋਹਾ ਨੇ ਵੰਗਾਰਿਆ ਆ ਉਹਨਾਂ ਨੇ ਬੜੀ ਬੇਸਿਕ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਆਰਐਸਐਸ ਇਨ ਟੱਚ ਹੈਗੀ ਹੈ ਅੰਮ੍ਰਿਤਪਾਲ ਉਹਨਾਂ ਦੇ ਨਾਲ ਅਸਲ 'ਚ ਉਹਨਾਂ ਨੇ ਪਹਿਲੀ ਅਨਾਉਂਸਮੈਂਟ ਵੀ ਆਰਐਸਐਸ ਦੇ ਖਾਸਮ ਖਾਸ ਬੰਦਿਆਂ ਨੇ ਕੀਤੀ ਹੈ ਕਿ ਇਹ ਚੋਣ ਲੜਨਗੇ ਪਹਿਲਾਂ ਵੀ ਇਹ ਚਰਚਾ ਸੀ ਕਿ ਉਹਨਾਂ ਨੂੰ ਹਾਰ ਸ਼ਿੰਗਾਰ ਕੇ ਜਿਹੜਾ ਪੰਜਾਬ ਚ ਲੈ ਆਂਦਾ ਗਿਆ ਆ ਉਹ ਬੀ ਉਨ੍ਹਾਂ ਸ਼ਕਤੀਆਂ ਨੇ ਲਿਆਂਦਾ ਜਿਹੜੀਆਂ ਇੱਥੇ ਕਮਿਊਨਲ ਭਾਵਨਾ ਪੈਦਾ ਕਰਕੇ ਬਾਕੀ ਸਾਰੇ ਦੇਸ਼ ਦੇ ਵਿੱਚ ਇਸ ਅਜਡੇ ਨੂੰ ਹਿੰਦੂਆਂ ਨੂੰ ਇੱਕ ਪਾਸੇ ਧਰੂਵੀਕਰਨ ਕਰਕੇ ਵਰਤ ਸਕਣ ਇਹ ਗੱਲ ਜਿਹੜੀ ਹੁਣ ਵੀ ਜੇ ਉਹ ਇਸ ਗੱਲ ਨੂੰ ਤੂਲ ਦੇਣਗੇ ਤੇ ਪੰਜਾਬ ਦੇ ਅੰਦਰ ਬੀਜੇਪੀ ਨੂੰ ਇਸ ਗੱਲ ਦਾ ਫਾਇਦਾ ਹੋ ਸਕਦਾ ਕਿਉਂਕਿ ਉਹ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਜੇ ਤੇ ਬੀਜੇਪੀ ਤਕੜੇ ਤੌਰ ਤੇ ਉਸ ਗੱਲ ਨੂੰ ਗੇਨ ਕਰਨਾ ਚਾਹੇ ਜਾਂ ਫਰੰਟ ਦੇ ਉੱਤੇ ਆ ਕੇ ਖੜੇ ਹੋ ਕੇ ਆਪਣੀ ਦਿਖਾਲਣ ਸ਼ਕਤੀ ਤਾਂ ਉਹਨਾਂ ਨੂੰ ਲੋਕ ਉਹਨਾਂ ਵੱਲ ਜਾਣਗੇ ਕਿ ਹਾਂ ਭਈ ਆਪਾਂ ਘਟੂ ਘਟ ਵੋਟ ਇਸ ਪਾਰਟੀ ਨੂੰ ਜੇ ਉਹਨਾਂ ਨੂੰ ਲੱਗੇ ਕਿ ਇੱਥੇ ਇਹਨਾਂ ਨੇ ਜਿੱਤਣਾ ਨਹੀਂ ਫਿਰ ਉਹ ਕਾਂਗਰਸ ਨੂੰ ਵੀ ਪਾ ਸਕਦੇ ਕਿਉਂਕਿ ਉਹ ਵੀ ਤੇ ਹਿੰਦੂ ਪਾਰਟੀ ਆ ਉਹ ਕਿڑی ਕਿਤੇ ਬਾਹਰੋਂ ਆਈ ਹੋਈ ਪਾਰਟੀ ਹੈਗੀ ਇਹ ਪੀ ਅੱਗੇ ਵੀ ਕਈ ਵਾਰੀ ਹੋਇਆ ਪੰਜਾਬ ਦੀ ਸਥਿਤੀ ਇਹੋ ਜਿਹੀ ਹੈ ਜਿਸ ਨੂੰ ਧਾਰਮਿਕ ਤੌਰ ਤੇ ਤੇ ਉਹਦੇ ਚ ਇਸ ਕਿਸਮ ਦੇ ਫੈਸਲੇ ਜਿਹੜੀ ਵੀ ਇਥੋਂ ਹਿੰਦੂ ਘਾਟ ਗਿਣਤੀ ਪੰਜਾਬ ਦੀ ਉਹਨੂੰ ਲੈਣੇ ਪੈਂਦੇ ਆ ਹੁਣ ਉਹ ਕਿੱਧਰ ਨੂੰ ਲੈਣਗੇ ਤੇ ਹੁਣ ਹਾਲਾਤ ਵੇਖਣਗੇ ਕਿ ਅਕਾਲੀ ਦਲ ਵੱਲ ਵੀ ਜਿੱਦਾਂ ਹੁਣ ਜੋਸ਼ੀ ਅੰਮ੍ਰਿਤਸਰ 'ਚ ਖੜੇ ਆ ਉਧਰ ਨੂੰ ਉਹ ਹਿੰਦੂ ਆ ਗਏ ਆ ਉਧਰ ਨੂੰ ਵੀ ਗੱਲਾਂ ਕਈ ਵਾਰੀ ਜਾ ਸਕਦੀਆਂ ਹੁੰਦੀਆਂ ਜਾਂ ਕਿਉਂਕਿ ਅਕਾਲੀ ਦਲ ਤੇ ਭਾਜਪਾ ਦੇ ਨਾਲ ਬੜਾ ਨੇੜੇ-ਤੇੜੇ ਦਾ ਰਿਹਾ ਹੈ ਇਸ ਕਿਸਮ ਦੀਆਂ ਕਈ ਕੰਬੀਨੇਸ਼ਨ ਜਿਹੜੇ ਲੋਕਲ ਹਾਲਾਤ ਕੰਸਟੀਟੂਐਂਸੀ ਦੇ ਕੇ ਬਾਕੀ ਫੈਕਟਰ ਦੇ ਕੇ ਬਣਦੇ ਆ ਅ ਵਸੋ ਮੈਂ ਤੇ ਬਹੁਤ ਲੰਬਾ ਇਹਦੇ ਤੇ ਨਹੀਂ ਕਹੂੰਗਾ। ਇਹ ਹੀ ਕਹੂੰਗਾ ਕਿ ਬਸ ਇਹ ਆਪਣੇ ਆਪਣੇ ਹਿਸਾਬ ਦੇ ਨਾਲ ਇਹ ਰਹਿਣ ਔਰ ਪਾਰਟੀਆਂ ਦੇ ਅੰਦਰ ਜਿਹੜੀ ਡੈਮੋਕਰੇਸੀ ਹੈ ਉਸ ਨੂੰ ਮਜ਼ਬੂਤ ਕਰਨ ਤਾਂ ਹੀ ਭਾਵੇਂ ਉਹ ਵਿਰਸਾ ਸਿੰਘ ਬਲਟੋਹਾ ਹੈ ਦੂਸਰਾ ਹੈ ਉਹਨੂੰ ਕਰਨਾ ਚਾਹੀਦਾ ਕਿ ਵਿਰਸਾ ਸਿੰਘ ਬਲਟੋਹਾ ਨੇ ਜਿਹੜਾ ਸਵਾਲ ਖੜਾ ਕੀਤਾ ਮੈਂ ਉਹ ਭੁੱਲ ਨਾ ਜਾਵਾਂ ਉਸ ਦਾ ਉਹਨਾਂ ਨੇ ਇੱਥੋਂ ਤੱਕ ਚੁਣੌਤੀ ਦੇ ਦਿੱਤੀ ਹੈ ਕਿ ਇਹ ਅ ਉਨ੍ਹਾਂ ਵੱਲੋਂ ਖੜਾ ਕੀਤਾ ਗਿਆ ਮੈਂ ਡਿਬੇਟ ਕਰਨਾ ਚਾਹੁੰਨਾ ਅਮਰਿਤਪਾਲ ਦੇ ਨਾਲ ਜੇ ਅਮਰਿਤਪਾਲ ਨੂੰ ਮੈਂ ਉਸ ਡਿਬੇਟ ਦੇ ਅੰਦਰ ਲਾਈਵ ਡਿਬੇਟ ਦੇ ਵਿੱਚ ਕਾਰਨਰ ਕਰਕੇ ਨਾ ਸਬੂਤਕਾਰ ਪੇਸ਼ ਕਰ ਸਕਾਂ ਕਿ ਇਹ ਆਰਐਸਐਸ ਵੱਲੋਂ ਖੜੇ ਕੀਤੇ ਗਿਆ ਤੇ ਮੈਂ ਪੋਲਿਟਿਕਸ ਛੱਡ ਦੂੰਗਾ ਇੱਕ ਵੱਡੀ ਚਿਰੋਤੀ ਆ ਹੁਣ ਦੇਖਦੇ ਅਮਰਿਤਪਾਲ ਹੁਣੇ ਇਸ ਦਾ ਕੀ ਅੱਗੇ ਉਹ ਜਵਾਬ ਦਿੰਦੇ ਬਿਲਕੁਕੁਲ ਕਾਫੀ ਚੱਲਦਾ ਇਸ ਮਾਮਲੇ ਤੇ ਲਗਾਤਾਰ ਕਿਉਂਕਿ ਭਾਜਪਾ ਤੇ ਆਰਐਸਐਸ ਨੂੰ ਲੈ ਕੇ ਜਿੱਦਾਂ ਖੁੱਲੇ ਸ਼ਬਦ ਹੁੰ ਸੁਖਵੀਰ ਸਿੰਘ ਬਾਦਲ ਜਾਂ ਬੀਬੀ ਜਗੀਰਕੌਰ ਦੇ ਵੀ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨੀਆਂ ਚਾਲਾਂ ਕੱਢੀਆਂ ਇਸ ਤਰੀਕੇ ਨਾਲ ਉਹ ਉਵੇਂ ਵਿਰਤ ਸਿੰਘ ਵਲਤੂਆ ਉਸੇ ਤਰਜ਼ ਤੇ ਚੱਲ ਰਹੇ ਨੇ ਕਿ ਆਰਐਸਐਸ ਨੇ ਇਹਨਾਂ ਨੂੰ ਖੜਾ ਕੀਤਾ ਰਾਜਦੇਵ ਸਿੰਘ ਖਾਲਸਾ ਆਰਐਸਐਸ ਦਾ ਇਸਰ ਇਹ ਸਾਰਾ ਕੁਝ ਹੈ ਤਾਂ ਸਾਹਮਣੇ ਜਨਤਕ ਹੈ ਪਰ ਜਦੋਂ ਜੇ ਡਿਬੇਟ ਹੁੰਦੀ ਹੈ ਤਾਂ ਬਹੁਤ ਕੁਝ ਹੋਰ ਨਿੱਤਰ ਕੇ ਸਾਹਮਣੇ ਆਏਗਾ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਉਸ ਤਰੀਕੇ ਦੇ ਨਾਲ ਪ੍ਰੋਫੈਸਰ ਅਗਲੀ ਗੱਲ ਆਮ ਆਦਮੀ ਪਾਰਟੀ ਦੀ ਕੇਂਦਰੀ ਸਿਆਸਤ ਦੀ ਗੱਲ ਕਰਦੇ ਆ ਕਿ ਕੇਜਰੀਵਾਲ ਸਾਹਿਬ ਬਾਹਰ ਆ ਸਕਦੇ ਨੇ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਚੋਣ ਪ੍ਰਚਾਰ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇਹ ਸਰਜੀਕ ਸੁਣਵਾਈ ਚੱਲ ਰਹੀ ਹੈ ਇਹ ਸਾਰਾ ਕੁਝ ਜੇ ਉਹ ਬਾਹਰ ਆਉਂਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਹੈ ਇੰਡੀਆ ਗੱਟ ਜੋੜ ਦੇ ਵਿੱਚ ਜਾਂ ਇੰਡੀਵਿਜੂਲੀ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖਦੇ ਨੇ ਦੇਖੋ ਸੁਕਵਿੰਦਰ ਇਹਦੇ ਕੋਰਟ ਨੂੰ ਵੀ ਸਮਝ ਪੈਂਦੀ ਹੈ ਖਾਸ ਕਰਕੇ ਸੁਪਰੀਮ ਕੋਰਟ ਨੂੰ ਤੇ ਆਮ ਬੰਦੇ ਨੂੰ ਵੀ ਸਮਝ ਪੈਂਦੀ ਹੈ ਕਿ ਇਹ ਮੌਕਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਕਰਨ ਦਾ ਈਡੀ ਵੱਲੋਂ ਉਸ ਕਿਸਮ ਦੇ ਦੋਚ ਲਾ ਕੇ ਕੋਰਟ ਰਾਈ ਠੀਕ ਨਹੀਂ ਸੀ ਹਾਲਾਂਕਿ ਥੋੜੀ ਬਹੁਤੀ ਇਸ ਗੱਲ ਦੀ ਜ਼ਿੰਮੇਵਾਰੀ ਕੇਜਰੀਵਾਲ ਹੋਣਾ ਦੀ ਖੁਦ ਵੀ ਹੈ ਕਿ ਉਹ ਇਹਨਾਂ ਨੂੰ ਟਾਲ-ਟਾਲ ਕੇ ਟਾਲ-ਟਾਲ ਕੇ ਜਿੱ ਤਰ੍ਹਾਂ ਸੰਸਕਾਰ-ਸੰਸਕਾਰ ਕੇ ਕਿਸੇ ਨੂੰ ਕੋਨੇ ਤੇ ਲੈ ਜਾਂਦੇ ਤੇ ਬਾਅਦ ਵਿੱਚ ਫਿਰ ਕਹਿੰਦੇ ਆ ਜਾ ਬੱਚੂ ਹੁਣ ਤੈਨੂੰ ਅਸੀਂ ਛੱਡਣਾ ਨਹੀਂ ਉਂਝ ਉਹਨਾਂ ਨੇ ਕੀਤਾ 8 9 ਇਹਨੇ ਨੋਟਿਸ ਦਿੱਤੇ ਇਹਨਾਂ ਨੇ ਉਸ ਨੋਟਿਸ ਦਾ ਨੋਟਿਸ ਨਹੀਂ ਲਿਆ ਈਡੀ ਦੇ ਦਾ ਤੇ ਉਹਨੂੰ ਅਗਨੋਰ ਕੀਤਾ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਫਿਰ ਦਸਵੇਂ ਤੇ ਖੁਦ ਕੋਰਟ ਚਲੇ ਗਏ ਕੋਰਟ ਨੇ ਕਿਹਾ ਕਿ ਤੈਨੂੰ ਅਸੀਂ ਇਸ ਗੱਲ ਦੀ ਇਜਾਜ਼ਤ ਜਾਂ ਇਮਿਊਨਿਟੀ ਕਿ ਤੁਹਾਨੂੰ ਕੋਈ ਫੜੇ ਨਾ ਇਸ ਗੱਲ ਦਾ ਅਸੀਂ ਨਹੀਂ ਸੁਣਵਾਈ ਕਰ ਸਕਦੇ ਤਾਂ ਉਸੇ ਵੇਲੇ ਉਸੇ ਛਾਮ ਨੂੰ ਉਹਨਾਂ ਨੂੰ ਫੜ ਲਿਆ ਹੁਣ ਇਹ ਹੈ ਕਿ ਅਜੀਬ ਹੀ ਇਸ ਗੱਲ ਦਾ ਹੈ ਤੇ ਆਮ ਬੰਦੇ ਨੂੰ ਵੀ ਕਿਸੇ ਵੀ اخਲਾਕੀ ਮਤਲਬ ਇਹਨੂੰ ਮੋਰਲ ਗਰਾਉਂਡ ਦੇ ਉੱਤੇ ਵੀ ਤੁਸੀਂ ਇਹ ਗੱਲ ਸਮਝ ਸਕਦੇ ਆ ਕਿ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰਨਾ ਜਿਹਨੂੰ ਲੈਵਲ ਪਲੇਨ ਫੀਲਡ ਕਹਿੰਦੇ ਜੋ ਰਜੀਵ ਕੁਮਾਰ ਜੀ ਕਹਿੰਦੇ ਸੀਗੇ ਚੀਫ ਇਲੈਕਸ਼ਨ ਕਮਿਸ਼ਨਰ ਕਿ ਇਹ ਜ਼ਰੂਰੀ ਹੈਗਾ ਜੇ ਆ ਜਾਂਦੇ ਜਿਵੇਂ ਕਿ ਥੋੜੀਆਂ ਜੀਆਂ ਇੰਡੀਕੇਸ਼ਨ ਸੁਪਰੀਮ ਕੋਰਟ ਨੇ 7 ਤਰੀਕ ਨੂੰ ਦਿੱਤੀਆਂ ਕਿ ਆ ਉਹਨਾਂ ਨੂੰ ਇੰਟਰਮ ਜਮਾਨਤ ਮਿਲ ਸਕਦੀ ਹੈ ਇਲੈਕਸ਼ਨਾਂ ਦਾ ਪ੍ਰਚਾਰ ਕਰ ਲਈ ਯਾਨੀ 30 ਤਰੀਕ ਤੱਕ 31 ਮਈ ਵੀ ਇੱਕ ਨੂੰ ਚੋਣਾ ਪੈਣੀ ਆ ਤੇ 31 ਮਈ ਨੂੰ ਤੇ ਫਿਰ ਮਈ 31 ਦਿਨਾਂ ਦਾ ਹੁੰਦਾ ਮੇਰਾ 31 ਦਿਨਾਂ ਦਾ ਮਈ ਮਹੀਨਾ ਹੁੰਦਾ ਤੇ ਉਹ ਦਿਨ ਚੁੱਪ ਹੋਊਗੀ ਫਿਰ ਇਹਨਾਂ ਨੂੰ 30 ਤਰੀਕ ਤੱਕ ਇਸ ਤਰ੍ਹਾਂ ਦੀ ਇੰਟਰਮ ਜਮਾਨਤ ਮਿਲ ਸਕਦੀ ਹੈ ਅਜੀ ਦੇ ਕਿਨੇ ਪਾਵੇਂ ਪੱਕੀ ਮਿਲਦੀ ਕੀ ਹੈ ਜੋ ਗੱਲ ਹੋਣੀ ਸੀ ਉਹ ਕਿਸ ਚੱਲਦਾ ਰਹੂਗਾ ਏਡੇ ਕਿੜੇ ਹੋ ਕਿਤੇ ਬਹੁਤ ਛੱਡੀ ਇਸ ਵਿੱਚੋਂ ਭੱਜਣ ਮੇਲੇ ਭੱਜਣ ਵਾਲੇ ਆ ਜਾਂ ਇਸ ਕਿਸਮ ਦੇ ਹੈਗੇ ਉਸ ਗੱਲ ਦੀ ਸੁਣਵਾਈ ਹੋਣੀ ਚਾਹੀਦੀ ਪਰ ਘੱਟੋ ਘੱਟ ਇਹ ਜੇ ਪੂਰੀ ਉਹਨਾਂ ਨੂੰ ਜ਼ਮਾਨਤ ਨਹੀਂ ਦੇਣੀ ਤੇ ਪ੍ਰਚਾਰ ਕਰਨ ਲਈ ਜ਼ਮਾਨਤ ਦੇਣੀ ਚਾਹੀਦੀ ਹੈ ਜਿੱਥੇ ਤੱਕ ਤੁਹਾਡਾ ਕਿ ਰੈਪਰੇਸ਼ਨ ਕੀ ਹੋਣਗੇ ਰੈਪਰੇਸ਼ਨ ਬੜੇ ਸਾਫ਼ ਆ ਕਿ ਜੇ ਅੰਦਰ ਰਹਿਣਗੇ ਤੇ ਉਹ ਬੱਡੇ ਹੀ ਲੋੜ ਹੈ ਹੋਣਗੇ ਜੇ ਬਾਹਰ ਆਉਣਗੇ ਤੇ ਹੁਣ ਕੀ ਕਹਿਣਗੇ ਮੀਡੀਆ ਵੀ ਉਹਨਾਂ ਨੂੰ ਬਾਰ-ਬਾਰ ਪੁੱਛੂਗਾ ਹੋਰ ਵੀ ਸਵਾਲ ਆ। ਉਹ ਜਿਹੜੀ ਇੱਕ ਕੱਟੜ ਇਮਾਨਦਾਰੀ ਤੇ ਕੱਟੜ ਦੇਸ਼ ਭਗਤੀ ਵਾਲੀ ਗੱਲ ਚੱਲ ਰਹੀ ਸੀ ਉਹਦੇ ਚੋਂ ਕੱਟੜ ਇਮਾਨਦਾਰੀ ਵਾਲੀ ਗੱਲ ਦੇ ਵਿੱਚ ਤੇ ਕੱਟੜਤਾ ਥੋੜੀ ਜੀ ਘਟ ਜੂਗੀ। ਉਹ ਤੇ ਲੋਕਾਂ ਨੇ ਹੁਣ ਨਹੀਂ ਪੜ ਪਾਉਂਦੀ। ਇਸ ਲਈ ਜਦੋਂ ਇੱਕ ਵਾਰੀ ਤੁਸੀਂ ਰਹਿ ਆਉਂਦੇ ਆ ਤੇ ਲੋਕ ਫਿਰ ਸ਼ੰਕਾ ਜਾਂ ਆਮ ਬੰਦੇ ਨੂੰ ਤੇ ਪਤਾ ਲੱਗਦਾ ਹੀ ਹੈ ਨਾ ਕਿ ਗੱਲ ਕੀ। ਹਾਂ। ਦੂਜੇ ਪਾਸੇ ਇਹ ਹੈ ਕਿ ਜੇ ਲੋਕਾਂ ਨੂੰ ਇਹ ਲੱਗੀ ਕਿ ਇਹਨਾਂ ਨਾਲ ਟੱਕਾ ਹੋ ਰਿਹਾ ਜ਼ਬਰਦਸਤੀ ਅੰਦਰ ਕੀਤਾ ਜਾ ਰਿਹਾ ਤੇ ਫਿਰ ਇਹਨਾਂ ਦੇ ਬਾਹਰ ਆਉਣ ਨਾਲ ਕਾਫੀ ਇਹਨਾਂ ਨੂੰ ਇੱਕ ਹਲਾਰਾ ਵੀ ਰਾਜਨੀਤਿਕ ਤੌਰ ਤੇ ਕੇਜਰੀਵਾਲ ਨੂੰ ਮਿਲ ਸਕਦਾ ਉਧਰ ਰਾਹੁਲ ਗਾਂਧੀ ਹੋਰਾਂ ਨੇ ਅਮੇਠੀ ਛੱਡ ਕੇ ਰਾਇਬਰੇਲੀ ਤੋਂ ਕਾਗਜ਼ ਭਰੇ ਤਾਂ ਮੋਦੀ ਸਾਹਿਬ ਨੇ ਵੀ ਕਿਹਾ ਕਿ ਇਹ ਡਰ ਗਏ ਇਹਦਾ ਕੀ ਕਾਰਨ ਮੰਨਿਆ ਜਾਏ ਕਿ ਇੱਕ ਪਾਸੇ ਵਾਇਨਾਡ ਤੇ ਦੂਜੇ ਪਾਸੇ ਇਧਰ ਇਸ ਸੀਟ ਦੇ ਉੱਤੇ ਰਾਇਬਰੇਲੀ ਦੇ ਵਿੱਚ ਆਉਣਾ ਹਾਲਾਂਕਿ ਜੱਦੀ ਸੀਟ ਹੈ ਪਰ ਫਿਰ ਵੀ ਸਵਾਲ ਉੱਠਦਾ ਹੈ ਕਿ ਕੀ ਜਿਹੜਾ ਇੰਡੀਆ ਗੱਡਜੋੜ ਆ ਉਹਦੇ ਵਿੱਚ ਕਾਂਗਰਸ ਉਹ ਸੈਲਫ ਕੌਨਫੀਡੈਂਸ ਇਸ ਤਰੀਕੇ ਦਾ ਉਹਨਾਂ ਦਾ ਵੱਧ ਗਿਆ ਕਿ ਇਸ ਵਾਰੀ ਜਿਹੜਾ ਉਹਨਾਂ ਨੂੰ ਬਹੁਤ ਤਕੜਾ ਹੰਗਾਰਾ ਮਿਲ ਸਕਦਾ ਹੈ ਜਾਂ ਉਹ ਸੱਤਾ ਦੇ ਵਿੱਚ ਵੀ ਆ ਸਕਦੇ ਨੇ ਜਾਂ ਆਪਣੀ ਤਾਕਤ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਦੇ ਤੇ ਜੇ ਦੋਆਂ ਸੀਟਾਂ ਤੋਂ ਜਿੱਤਦੇ ਨੇ ਤਾਂ ਫਿਰ ਸਵਾਲ ਉਹੀ ਹੈ ਕਿ ਫਿਰ ਕਿਹੜੀ ਸੀਟ ਛੱਡਣਗੇ ਤੇ ਕਿਹੜੀ ਸੀਟ ਰੱਖਣਗੇ ਨੇ ਦੇਤੀ ਕੀ ਦਿੱਕਤ ਹੈ ਕੋਈ ਵੀ ਰੱਖ ਲੈਣਗੇ ਉਹਦੇ ਚ ਕੀ ਕੋਈ ਵੀ ਇੱਕ ਤੇ ਛੱਡਣੀ ਪੈਣੀ ਹੈ ਦੋਹਾਂ ਤੇ ਤੇ ਇੱਕ ਮੱਲਮਾ ਕਾਠ ਮਾਰਨੀ ਹੈ ਨਹੀਂ ਹੁ ਲੱਗਦਾ ਹੈ ਕੇਰਲਾ ਵਾਲੀ ਛੱਡਣਗੇ ਕਿਉਂਕਿ ਇਹ ਜਿਆਦਾ ਆਪਣਾ ਸੀ ਜਿਹੜੇ 16 17 ਵਾਰੀ ਪਹਿਲਾਂ ਕਾਂਗਰਸ ਇਹ ਸੀਟ ਨੂੰ ਜਿੱਤ ਚੁੱਕੀ ਆ ਸੋਨੀਆ ਗਾਂਧੀ ਲਗਾਤਾਰ ਇਥੋਂ ਜਿੱਤ ਰਹੇ ਸੀਗੇ ਤੇ ਜਿੱਦ ਸੋਨੀਆ ਗਾਂਧੀ ਨੂੰ ਰਾਜ ਸਭਾ ਦਾ ਮੈਂਬਰ ਬਣਾਤਾ 2004 ਤੋਂ ਬਾਅਦ ਲਗਾਤਾਰ ਜਿੱਤੇ ਰੇ ਸੀ 4 ਤੋਂ ਲੈ ਕੇ ਤਾਂ ਬਣਾਤਾ ਤੇ ਜਿਹੜੀ ਪ੍ਰਧਾਨ ਮੰਤਰੀ ਦੀ ਉਹਦੇ ਚ ਕਮੈਂਟ ਸੀ ਉਹ ਬੜੇ ਬਚਗਾਨਾ ਬੜੇ ਮਤਲਬ ਕਿਸੇ ਵੀ ਤਰੀਕੇ ਨਾਲ ਘੱਟੋ ਘੱਟ ਪ੍ਰਧਾਨ ਮੰਤਰੀ ਦੇ ਕਮੈਂਟ ਨਹੀਂ ਲੱਗਦੇ ਇੱਕ ਔਰਤ ਨੂੰ ਇਹੋ ਜਿਹੇ ਸ਼ਬਦਾਬ ਲਈ ਭੱਗ ਗਈ ਔਰ ਰਾਜਸਥਾਨ ਭੱਗ ਗਈ ਫਿਰ ਵहां से ਆ ਕੇ ਮਤਲਬ ਇਹ ਕੀੜੀ ਚੀਜ਼ ਜਿਸ ਤਰ੍ਹਾਂ ਇਹ ਉਹੋ ਜੀ ਗੱਲ ਹੈ ਕਿ ਜਦੋਂ ਪੱਛਮੀ ਬੰਗਾਲ ਚ ਗਏ ਸੀ ਤੇ ਮਮਤਾ ਬੈਨਰਜੀ ਨੂੰ ਇਸ ਤਰ੍ਹਾਂ ਐਡਰੈਸ ਕਰਦੇ ਡੀ ਡੀ ਉਹ ਡੀ ਡੀ ਇਹ ਗੱਲਾਂ ਇੱਕ ਪ੍ਰਧਾਨ ਮੰਤਰੀ ਨੇ ਸੋਖਦੀਆਂ ਦੂਜੀ ਔਰਤ ਨੂੰ ਕਿਸੇ ਵੀ ਪਾਰਟੀ ਦੀ ਹੋਵੇ। ਸੀ ਔਰਤਾਂ ਦੀ ਥੋੜੀ ਬਹੁਤ ਇੱਜ਼ਤ ਕਰਨੀ ਸਿੱਖੋ। ਕੀ ਸਟੈਂਡਰਡ ਸੈੱਟ ਕਰ ਰਹੀ ਹੈ। ਕੀ ਭੱਜ ਗਈ ਹੈ ਉਹ। ਕਿਸੇ ਦੀ ਵੀ ਮਰਦੀ ਆ ਤੁਸੀਂ ਭੱਜ ਕੇ ਬਾਰਾਂ ਦੇ ਸੀ ਕਿਉਂ ਚਲੇਗੇ ਜੀ ਉੱਥੋਂ ਗੁਜਰਾਤ ਤੋਂ ਤੁਸੀਂ ਦੇ ਉੱਤੇ ਚੀਫ ਮਿਨਿਸਟਰ ਨੇ ਇੰਨਾ ਚਿਰ ਤੁਸੀਂ ਗੋਦਰਾ ਦੇਖਿਆ ਹੋਇਆ ਤੁਸੀਂ ਤੇ ਬੜੇ ਉੱਥੇ ਤੁਹਾਡੀ ਤਕੜੀ ਪਾਰਟੀ ਤੁਸੀਂ ਉੱਥੋਂਗੇ ਨਹੀਂ ਲੜਦੇ। ਕਿਉਂਕਿ ਕਮਿਊਨਲ ਭਾਸ਼ਾ ਹੈ ਭਾਸ਼ਣ ਕਰਨੇ ਆ ਕਿਉਂਕਿ ਇੱਥੇ ਇਥੋਂ ਤੁਹਾਨੂੰ ਉਹ ਜ਼ਿਆਦਾ ਸੇਫ ਲੱਗਦਾ ਹੋਊਗਾ ਕਿਉਂਕਿ ਉੱਥੇ ਮੁਸਲਮਾਨ ਵੀ ਕਾਫੀ ਹੋਣਗੇ ਉਹਨਾਂ ਦੇ ਵਿਰੁੱਧ ਖੜੇ ਕਰਕੇ ਦੂਜਾ ਪੋਲਰਾਈਜ਼ ਕਰਕੇ ਹੋਰ ਵੀ ਸੌਖਾ ਹੁੰਦਾ ਹੋਊਗਾ ਇਹ ਕੀ ਤੌਰ ਤਰੀਕੇ ਪ੍ਰਧਾਨ ਮੰਤਰੀ ਉਹਨਾਂ ਦੇ ਕੋਈ ਕਿਤੇ ਉਹ ਵੀ ਲੜੇ ਤੁਹਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਮੈਂਟ ਬਾਜੀ ਨਹੀਂ ਹੋਣੀ ਚਾਹੀਦੀ ਭੱਜ ਗਏ ਉਹ ਭੱਜ ਗਏ ਕਿਤੇ ਚਲੇ ਗਏ ਲੰਡਨ ਚਲੇ ਗਿਆ ਉਹ ਕਿਤੇ ਉਹ ਨਿਰਮੋਦੀ ਆ ਕਿ ਭੱਜ ਗਿਆ ਜਾਂ ਮਾਲੀ ਵਿਜੇ ਮਾਲੀਆ ਕਿ ਭੱਜ ਗਿਆ ਜਾਂ ਕੋਈ ਉਹ ਮੁੰਡਾ ਜਿਹੜਾ ਹੋਣੇ ਭੱਜ ਗਿਆ ਵੀਡੀਓ ਬਣਾ ਕੇ ਇਹੋ ਜੀਆਂ ਹੈ ਨਾ ਹਜ਼ਾਰਾਂ ਉਹਨੂੰ ਫੜ ਕੇ ਵਾਪਸ ਲਿਆ ਉਹ ਕਿਤੇ ਇਸ ਤਰ੍ਹਾਂ ਭੱਜ ਗਿਆ ਉਹ ਵੀ ਕਹਿੰਦੇ ਆ ਜਰਮਨੀ ਚਲਾ ਗਿਆ ਤੇ ਇਸ ਲਈ ਇਹ ਜਿਹੜਾ ਇੱਕ ਵਿਰੋਧੀ ਪਾਰਟੀ ਦੇ ਰਿਸਪੈਕਟਡ ਲੀਡਰ ਹੈਗੇ ਆ ਖਾਸ ਕਰ ਮੈਨੂੰ ਲੱਗਦਾ ਉਹ ਆਪਣੀ ਛੇੜ ਤੇ ਡਰ ਵਿੱਚ ਉਹ ਜੀਆਂ ਗੱਲਾਂ ਕਰੀ ਜਾਂਦੇ ਆ ਛੇੜਨ ਨੂੰ ਇਹ ਆ ਕਿ ਮੈਂ ਕਾਂਗਰਸ ਮੁਕਤ ਭਾਰਤ ਦੇਖਣਾ ਚਾਹੁੰਦਾ ਸੀਗਾ ਕਿਉਂ ਤੇ ਗੱਲ ਬਣ ਨਹੀਂ ਰਹੀ ਹੁਣ ਹਾਲਤ ਇਹ ਬਣ ਗਈ ਹੈ ਕਿ ਸਭ ਤੋਂ ਵੱਧ ਨਾ ਕਾਂਗਰਸ ਦੇ ਮੈਨੀਫੈਸਟੋ ਬਾਰੇ ਵੀ ਮਸ਼ਹੂਰੀ ਜਿਹੜੀ ਕੀਤੀ ਲੋਕਾਂ ਨੇ ਜਾਦਾ ਪੜਿਆ ਉਹ ਮੋਦੀ ਜੀ ਕਰਕੇ ਪੜਿਆ ਕਿਸੇ ਨੇ ਨਹੀਂ ਇੰਨੀ ਪੁੱਛਣਾ बार-बार ਇਹਨਾਂ ਨੇ ਕਮੈਂਟ ਕੀਤੇ ਲੋਕਾਂ ਨੇ ਕਿਹਾ ਚਲੋ ਪੜ ਕੇ ਦੇਖ ਲਈ ਹੁਣ ਬਾਰ-ਬਾਰ ਇਹ ਰਾਹੁਲ ਗਾਂਧੀ ਪ੍ਰਿੰਸ ਸਹਿਜ਼ਾਦਾ ਕਦੀ ਪਾਕਿਸਤਾਨ ਦੇ ਨਾਂ ਤੇ ਕਦੀ ਮੁਸਲਮਨ ਲੀਗ ਦਾ ਉਹਨਾਂ ਦਾ ਪ੍ਰੋਗਰਾਮ ਦਾ ਕਹਿੰਦੇ ਆ ਜਿਹੜਾ ਉਹਨਾਂ ਨੇ ਕੀਤਾ ਕਹਿੰਦੀ ਕੁਛ ਕਦੀ ਕੁਛ ਰੋਜ਼ ਇਹੋ ਜਿਹਾ ਇੱਕ ਸਗੂਫਾ ਜਿਹੜਾ ਨਫ਼ਰਤੀ ਭਾਸ਼ਣ ਜਿਹਨੂੰ ਕਹਿੰਦੇ ਹੈਟ ਸਪੀਚ ਦਿੱਤੀ ਜਾਂਦੀ ਆ ਉਹਦੇ ਨਾਲ ਕੀ ਹੋ ਰਿਹਾ ਕਿ ਮੈਨੂੰ ਤੇ ਲੱਗਦਾ ਸਗੋਂ ਉਹਨਾਂ ਦਾ ਸਟੇਚਰ ਉੱਚਾ ਕਰ ਰਿਹਾ ਰਾਜਗਾਂਦੀ ਦਾ ਜਿਹਨੂੰ ਪੱਪੂ ਕਹਿੰਦੇ ਸੀ ਉਹ ਪ੍ਰਿੰਸ ਪ੍ਰਿੰਸ ਦਾ ਮਤਲਬ ਸੇ ਜ਼ਿਆਦਾ ਸਜਾਦੇ ਤੱਕ ਤੇ ਆ ਗਏ ਆ ਕੱਲ ਨੂੰ ਤੁਸੀਂ ਇਹ ਵੀ ਕਹਿਣ ਲੱਗ ਜਾਣਾ ਕਿ ਉਹ ਆ ਗਿਆ ਆ ਗਿਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਭੱਜ ਗਿਆ ਭੱਜ ਗਿਆ ਤੁਸੀਂ ਕਰਦੇ ਆ ਪਰ ਐਕਚੁਅਲੀ ਤੁਹਾਨੂੰ ਅੰਦਰੋਂ ਡਰ ਖਾਈ ਜਾਂਦਾ ਕਿ ਉਹ ਆ ਗਿਆ ਆ ਗਿਆ ਇਹ ਗੱਲ ਡਰ ਨੂੰ ਖੰਡੋ ਤੁਸੀਂ ਆਪਣਾ ਕੌਨਫੀਡੈਂਸ 'ਚ ਰਹੋ ਕੋਈ ਨਾ ਜਾਣਦਾ ਨਾ ਕਿ ਤੇ ਆਉਂਦਾ ਜੇ ਤੁਸੀਂ ਦਾ ਪੰਜ ਦਾ ਸਾਲ ਰਾਜ ਕਰ ਲਿਆ ਥੱਕੇ ਵੀ ਹ 18-18 ਘੰਟੇ ਕੰਮ ਕਰਦੇ ਰਹੇ ਆ ਜੇ ਥੋੜਾ ਆਰਾਮ ਕਰ ਲੋਗੇ 5 ਸਾਲ ਤੇ ਕੀ ਫਰਕ ਪੈਂਦਾ ਹੈ 5 ਸਾਲ ਆਰਾਮ ਕਰ ਲੋ ਫਿਰ ਫਿਰ ਆ ਜੇ ਤਕੜੇ ਹੋ ਕੇ ਥੋੜੇ ਡੰਡ ਬੈਠ ਕੇ ਮਾਰਨੇ ਚਾਹੀਦਾ ਜੋਗਾ ਉਗਾ ਕਰੋ ਤੇ ਇਸ ਤਰੀਕੇ ਨਾਲ ਜਿਆਦਾ ਕੰਮ ਕਰਨਾ ਵੀ ਸਿਹਤ ਲਈ ਠੀਕ ਨਹੀਂ ਹੈਗਾ ਪਰ ਉਹ ਕਹਿੰਦੇਗੇ ਨਹੀਂ ਮੈਂ ਤੇ 47 ਤੱਕ 247 ਤੱਕ ਆਪਣਾ ਪ੍ਰੋਗਰਾਮ ਬਣਾਈ ਬੈਠਾ ਇਹ ਮੇਰੀ ਮੇਰੇ ਮੋਢਿਆਂ ਤੇ ਸਾਰੀ ਐਟਲਸ ਵਾਂਗੂ ਜ਼ਿੰਮੇਵਾਰੀ ਹੈ ਪੂਰੇ ਦੇਸ਼ ਦਾ ਭਾਰ ਚੁੱਕਣਾ ਤੇ ਮੈਨੂੰ ਹੀ ਰੱਬੋ ਜਿਤਨਾ ਡਿਊਟੀ ਮਿਲੀ ਹੋਈ ਆ ਕਿ ਮੈਂ ਹੀ ਕਰਨਾ ਇਹੋ ਜੀਆਂ ਗੱਲਾਂ ਜਿਹੜੀਆਂ ਆ ਉਹ ਨਹੀਂ ਆਪਣੇ ਆਪ ਨੂੰ ਇੰਨਾ ਮਹਾਨ ਸਮਝਣਾ ਚਾਹੀਦਾ ਇੱਥੇ ਬੜੇ ਬੜੇ ਸਿਕੰਦਰ ਚਲੇ ਗਏ ਪ੍ਰਧਾਨ ਮੰਤਰੀ ਨੂੰ ਕਿਸੇ ਬਾਰੇ ਵੀ ਇਸ ਇਸ ਨਿਮਾਣਾ ਤੱਕ ਡਿਬੇਟ ਨੂੰ ਨਹੀਂ ਲੈ ਜਾਣਾ ਜਿਹੜਾ ਤੁਸੀਂ ਸੁਣਿਆ ਅੱਜ ਅ ਚਰਦ ਪਵਾਰ ਬੜੇ ਸੀਨੀਅਰ ਲੀਡਰ ਆ ਆਪਣਾ ਨੇ ਲੀਡਰ ਉਹਨਾਂ ਨੇ ਕਿਹਾ ਕਿ ਮੈਂ ਇੰਨੀਆਂ ਇਲੈਕਸ਼ਨਾਂ ਦੇਖੀਆਂ ਤੇ ਇੰਨੇ ਪ੍ਰਧਾਨ ਮੰਤਰੀਆਂ ਦੇ ਭਾਸ਼ਣ ਸੁਣੇ ਜਿਸ ਨੀਵੇਂ ਪੱਧਰ ਤੇ ਹੁਣ ਡਿਬੇਟ ਪ੍ਰਧਾਨ ਮੰਤਰੀ ਵੱਲੋਂ ਪਾਚਨ ਭਾਜੀ ਚੱਲ ਰਹੀ ਹੈ ਮੈਂ ਕਦੀ ਸੋਚ ਨਹੀਂ ਸਕਦਾ ਕਦੀ ਮੈਂ ਸੁਣੀ ਨਹੀਂ ਹੁਣ ਦੱਸੋ ਲੈਕਚਰ ਡਿਵੀਸ਼ਨ ਕੀ ਕਰਦਾ ਸ਼ਰੇ ਆਮ ਜੜਿਆ ਪੋਲਰਾਈਜ਼ ਕਰਕੇ ਹਿੰਦੂਤਵਾ ਦਾ ਏਜੰਡਾ ਬੋਲ ਬੋਲ ਕੇ ਰੋਜ਼ ਕਦੀ ਪਾਕਿਸਤਾਨ ਦੇ ਨਾਂ ਦੇ ਕਦੀ ਮੁਸਲਮਾਨ ਲੀਗ ਦੇ ਨਾਂ ਤੇ ਅੱਜ ਦਾ ਤੁਸੀਂ ਬਿਆਨ ਪੜਿਆ ਹੋਣਾ ਹੋਮ ਮਿਨਿਸਟਰ ਦਾ ਵੀ ਉਹ ਕਹਿੰਦੇ ਕਿ ਇਹ ਇਸ ਕਰਕੇ ਰਾਮ ਮੰਦਰ ਦੇ ਉੱਥੇ ਦਰਸ਼ਨ ਕਰਨ ਮੋਦੀ ਜੀ ਦੇ ਨਾਲ ਨਹੀਂ ਗਏ ਨਾ ਮਲਕਾਰ ਅਰਜਨ ਖੜਗੇ ਗਏ ਨਾ ਰਾਹੁਲ ਗਾਂਧੀ ਗਏ ਕਿਉਂਕਿ ਇਹਨਾਂ ਨੂੰ ਡਰ ਸੀ ਕਿ ਇਹਨਾਂ ਦੀਆਂ ਜਿਹੜੀਆਂ ਉਹ ਆਧਾਰ ਆ ਜਿਹੜੇ ਮੁਸਲਮ ਬੇਸ ਆ ਉਹ ਖੁਰਜਊਗਾ ਉਹ ਨਾਰਾਜ਼ ਹੋਣ ਦੀ ਹੋ ਜਾਵੇ ਸੋ ਇਹ ਗੱਲਾਂ ਰੋਜ਼ ਕਰਨ ਵਾਲੀਆਂ ਹੈਗੀਆਂ ਕਿੱਥੇ ਰਾਮ ਤੇ ਕਿੱਥੇ ਤੁਸੀਂ ਤੇ ਕਿੱਥੇ ਤੁਸੀਂ ਉਹਨਾਂ ਦੇ ਨਾਂ ਨੂੰ ਵਰਤ ਰਹੇ ਆ ਆਪਣੀ ਰਾਜਨੀਤੀ ਲਈ ਸੱਤਾ ਲਈ ਇਹ ਠੀਕ ਨਹੀਂ ਆ ਗੱਲਾਂ ਲੈਕਚਨ ਕਮਿਸ਼ਨ ਨੂੰ ਇਸ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਪਰ ਹੁਣ ਜੇ ਇਲੈਕਸ਼ਨ ਇਹੋ ਜੀ ਹੋਣੀ ਆ ਫਿਰ ਕਰ ਲਈ ਨਾ ਕਰ ਲਈ ਉਂਝੀ ਉਹਨਾਂ ਨੂੰ ਡਿਕਲੇਅਰ ਕਰ ਦਿਓਗੇ ਇੰਨਾ ਦੀ ਕਾਂਗਰਸ ਬੀਜੇਪੀ ਦੀ ਸਰਕਾਰ ਬਣ ਗਈ ਫਿਰ ਕੀ ਲੋੜ ਐ ਇੰਨਾ ਪੰਗੇ ਲੈਣ ਦੀ ਲੋਕਾਂ ਨੂੰ ਗਰਮੀਆਂ ਦੇ ਵਿੱਚ ਆਪ ਵੀ ਲੀਡਰ ਇੱਧਰ ਉੱਧਰ ਠੱਕੇ ਖਾਦੇ ਫਿਰਦੇ ਗਰਮੀ 'ਚ ਹੈਨਾ ਤੇ ਲੋਕਾਂ ਨੂੰ ਵੀ ਤੁਸੀਂ ਖੱਜਲ ਖਵਾਰੀ ਕਰੋਗੇ ਇੱਕ ਦਿਨ ਤੇ ਭੰਨੋਗੇ ਹੀ ਉਹਨਾਂ ਦਾ ਜਿਦਣ ਵੋਟਾਂ ਪਾਉਣ ਜਾਣਗੇ ਤੇ ਇਹ ਕੰਮ ਜੇ ਤੁਹਾਨੂੰ ਇੰਨਾ ਹੀ ਚੰਗਾ ਨਹੀਂ ਲੱਗਦਾ ਤੁਹਾਡੀ ਮਨਮਰਜ਼ੀ ਦਾ ਕੰਮ ਉਹਨਾਂ ਚਾਹੀਦਾ ਫਿਰ ਆਪਣੀ ਮਨਮਰਜ਼ੀ ਕਰ ਲੋ ਭਈ ਫਿਰ ਇਹਨੂੰ ਬੰਦ ਕਰੋ ਵਾਈਂਡ ਅਪ ਕਰੋ ਇਲੈਕਸ਼ਨ ਦੇ ਸਿਸਟਮ ਨੂੰ ਜੇ ਇਲੈਕਸ਼ਨ ਕਰਨੀ ਆ ਤੇ ਤੁਹਾਨੂੰ ਤੁਸੀਂ ਭਰੋਸਾ ਇੱਥੇ ਦੁਨੀਆ ਦਾ ਸਾਡੇ ਦੇ ਡੈਮੋਕ੍ਰੇਸੀ ਦੇ ਸਿਸਟਮ ਦੇ ਚੋਣਾਂ ਦੇ ਸਿਸਟਮ ਵਿੱਚ ਬਣਾਈ ਰੱਖਣਾ ਤੇ ਫਿਰ ਕੁਛ ਤੇ ਰੂਲਸ ਜਿਹੜੇ ਆ ਉਹ ਲਾਗੂ ਹੋਣੇ ਚਾਹੀਦੇ ਐਸ ਵੇਲੇ ਤੇ ਬਹੁਤ ਇੱਕ ਪਾਸੜਾ ਸਾਰਾ ਡਿਸਕੋਰਸ ਜਾਂਦਾ ਲੱਗ ਰਿਹਾ ਬਿਲਕੁਲ ਹਰ ਧਰਮ ਦੇ ਵਿੱਚ ਸੱਚ ਤੇ ਝੂਠ ਦੇ ਨਿਤਾਰੇ ਦੀ ਗੱਲ ਕੀਤੀ ਗਈ ਯਾਰ ਕੋਈ ਆਪਣੇ ਅਕੀਦੇ ਦੇ ਮੁਤਾਬਕ ਭਗਵਾਨ ਰਾਮ ਹੋਰ ਨੇ ਕੀ ਕਿਹਾ ਕ੍ਰਿਸ਼ਨ ਜੀ ਹੋਰ ਨੇ ਕੀ ਲਿਖਿਆ ਉਹ ਸਾਰਾ ਕੁਝ ਜੋ ਪੜਦੇ ਨੇ ਜੋ ਅਸੀਂ ਪੜਿਆ ਉਹ ਇਹ ਹੈ ਕਿ ਕੋੜ ਮਖੁੱਟੇ ਨਾਨਕਾ ਔੜਕ ਸੱਚ ਰਹੀ ਤੇ ਅਖੀਰ ਨੂੰ ਸੱਚ ਦੀ ਜਿੱਤ ਹੋਣੀ ਹੈ ਇਹ 2024 ਦੀ ਚੋਣ ਉਹ ਸੱਚ ਤੇ ਝੂਠ ਦੇ ਨਿਤਾਰੇ ਵੱਲ ਲੈ ਕੇ ਜਾ ਰਹੀ ਹੈ ਵਿਚਾਰਕ ਮੰਡਲ ਨੂੰ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਗੁੰਦੇਰੀ ਤਾੜਾ ਤਾਂ ਦੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ